शिमारू के नए वीडियोस के लिए सब्सक्राइब कीजिए और बेल आइकन को दबाना न भूलें। पर्स तेरा पाजी पर्स तो मेरा ही आ। हेलो हाँ जी साहब, मिल गया बंदा जी का पर्स ही, एदे ही माल हो सारा। पाजी केड़ा माल? पाजी आ पर्स मेरा नहीं है। पाजी साले आ पर्स मेरा नहीं है। हुणे तां कहदे तेरा। पाजी मैं झूठ मारिया। पाजी आ पर्स मेरा नहीं है। पाजी पुलिस ना झूठ है? हाँ जी पाजी। पंजाब पुलिस ना झूठ? पाजी कुछ लै दे के कर लिए। पाजी कुछ पाजी आशकी नौड़े रोड़ है मैडम, और कोई
कहाँ जाना भैया? चल पांच फेस। चल आ बैठ। चल भी चल हो जा स्टार्ट। बदतमीज इंसान ना होवे ते नॉनसेंस। थैंक यू जी। वाह ओए रब्बा, इश्क ना करी पछताएगा। असी तो मर के तेको आ जांगे, तू किथे जाएगा? आला फड़ा ओए। पिल्लू बकरे ने तेनु याद किया? पाजी आ तोड़ी शर्ट। मेरी शर्ट? मैं तो नहीं ली। पाजी आ तोड़े लिए गिफ्ट भेजा। किने? बिल्लू बकरे ने। बिल्लू बकरा। पाजी रूम चाहिए से। मिल जाएगा जी। केड़ा रूम चाहिए? डीलक्स, सुपर डीलक्स, स्वीट? कोई भी चलूगा जी। डीलक्स 3500, सुपर डीलक्स 4500, स्वीट 5500। कोई भी जी। राइट, आइए सर 209। ठीक है जी, ठीक है। माफ कर दो बिल्लू उस्ताद, माफ कर दो बिल्लू। बिल्लू बकरा ना है मेरा। हाँ, ते तू मेरे नाल गेम खेड रहा सी। हुण एक गेम मैं खेडांगा तेरे नाल। हाँ, लाडी गेम बिछा। चुक गोटी, जे एक दो तीन चार या पंच आया ता गोली मार दांगा। पर पिलुस्ता जे छे आया? तेनु पता नहीं, जे छे आंदा ता दोबारा चलना पैंदा। इन्ना भी नहीं पता तेनु? माफ कर दो पिलुस्ता, माफ कर दो, छड़ दो मैनु पिलुस्ता, मैनु छड़ दो, मैनु छड़ दो। छड़ दांगा पर जिंदा नहीं छड़ांगा। तू मेरे पैसे खा के भजदा फिर रहा सीगा। भज नहीं रहा सी, मैं थोड़े पैसे एक बिजनेस ते लाए सी ते ओ फ्लॉप हो गया, थोड़ा पैसा डूब गया। ऐदा किदा डूब गया पैसा? हजार हजार ते नोट सीगे, कोई इट्टा नहीं सीगिया जेड़िया डूब गया। पिल्लू उस्ताद, हाँ, मैं थोड़ी लखा करोड़ा का सोच रहे। हाँ। ते तुसी
ਤੁਸੀਂ ਆ 50 ਜਾਂ 60 ਹਜ਼ਾਰ ਪਿੱਛੇ ਮਰੀ ਜਾਂਦੇ ਹੋ। ਕੀ ਮਤਲਬ? ਕੋਈ ਇੱਕ ਸਕੀਮ ਹੈ। ਕਿਹੜੀ ਸਕੀਮ? ਜਿਹਦੇ ਨਾਲ ਤੁਹਾਡੇ ਕੋਲ ਪੈਸਾ, ਪੈਸਾ ਹੀ ਪੈਸਾ, ਪੈਸਾ ਹੀ ਪੈਸਾ, ਤੁਹਾਡੇ ਚਰਨਾਂ 'ਚ ਪੈਸਾ, ਸਿਰ 'ਤੇ ਪੈਸਾ, ਖੱਬੇ ਪੈਸਾ, ਸੱਜੇ ਪੈਸਾ, ਚਾਰੋਂ ਪਾਸੇ ਪੈਸਾ ਹੀ ਪੈਸਾ। ਪਰ ਮੂਰਖਾ, ਇੰਨੀ ਭਾਨ ਮੈਂ ਤੇਰੇ ਪਿਓ ਦੇ ਵਿਆਹ 'ਚ ਸੁੱਟਣੀ ਹੈ। ਕਾਤਾ ਕਾ ਦੋ ਪੈਸੇ ਦੀ ਦੁਨਾਲੀ ਚੱਕੀ ਫਿਰੋਗੇ? ਮਸ਼ੀਨ ਗਨ ਲਓ, ਮਸ਼ੀਨ ਗਨ। ਪਰ ਉਹਦੇ ਵਾਸਤੇ ਕੀ ਕਰਨਾ ਪਏਗਾ ਮੈਨੂੰ? ਆਪਾਂ ਖੋਲਾਂਗੇ ਇੱਕ ਪ੍ਰੋਡਕਸ਼ਨ ਹਾਊਸ। ਹਾਂ, ਬੱਕਰਾ ਪ੍ਰੋਡਕਸ਼ਨ। ਫਿਰ ਬਣਾਵਾਂਗੇ ਇੱਕ ਪੰਜਾਬੀ ਫਿਲਮ। ਬਸ ਫਿਰ ਤੁਹਾਡਾ ਅਗਲਾ ਪਿਛਲਾ ਘਾਟਾ ਸਭ ਪੂਰਾ ਹੋ ਜਾਣਾ। ਪਰ ਜੇ ਐਤਕੀ ਮੇਰਾ ਪੈਸਾ ਡੁੱਬ ਗਿਆ ਨਾ, ਤਾਂ ਮੈਂ ਤੇਰੇ ਫੇਫੜੇ ਗੁਰਦੇ ਵੇਚ ਕੇ ਘਾਟਾ ਪੂਰਾ ਕਰਾਂਗਾ। ਫਿਰ ਨਾ ਕਹੀਂ ਬਈ ਦੱਸਿਆ ਨਹੀਂ। ਬਿੱਲੂ ਉਸਤਾਦ, ਤੁਸੀਂ ਮੇਰੇ ਗੁਰਦੇ, ਫੇਫੜੇ, ਅੱਖਾਂ, ਲੱਤਾਂ, ਜੋ ਕੁਝ ਵਿਕਦਾ ਨਾ, ਸਭ ਵੇਚ ਕੇ ਘਾਟਾ ਪੂਰਾ ਕਰ ਲਿਓ। ਬਸ ਤੁਸੀਂ ਫਿਲਮ ਬਣਾਓ, ਫਿਲਮ। ਫਿਲਮ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਕੀ ਚਾਹੀਦਾ? ਸਭ ਤੋਂ ਪਹਿਲਾਂ ਚਾਹੀਦਾ ਇੱਕ ਡਾਇਰੈਕਟਰ। ਠੀਕ ਹੈ, ਜਾ ਫਟਾਫਟ ਅੱਧਾ ਕਿਲੋ ਡਾਇਰੈਕਟਰ ਲੈ ਕੇ ਆਓ, ਇੰਨਾ ਬਥੇਰਾ। ਓਹੋ ਬਿੱਲੂ ਉਸਤਾਦ, 1 ਕਿਲੋਆਂ 'ਚ ਨਹੀਂ ਮਿਲਦਾ। ਇੱਕ ਬੰਦਾ ਹੁੰਦਾ ਜੋ ਫਿਲਮ ਬਣਾਉਂਦਾ। ਫਿਲਮ ਵਾਲਾ ਬੰਦਾ ਤਾਂ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਤੇ ਨਾਮਵਰ ਡਾਇਰੈਕਟਰ ਪੁੰਨੂ ਪੰਜਾਬੀ। ਨਾਮਵਰ ਡਾਇਰੈਕਟਰ? ਸਤਿ ਸ਼੍ਰੀ ਅਕਾਲ ਪੁੰਨੂ ਪੰਜਾਬੀ ਜੀ। ਸਤਿ ਸ਼੍ਰੀ ਅਕਾਲ, ਹੱਥ ਜੋੜਦਾ ਮੈਨੂੰ ਕਿ ਪੁੰਨੂ ਪੰਜਾਬੀ ਉਸ ਤੂਫਾਨ ਦਾ ਨਾਮ ਹੈ ਜਿਹੜਾ ਪੰਜਾਬੀ ਸਿਨੇਮੇ ਨੂੰ ਦੁਨੀਆਂ ਦੇ ਅੱਗੇ ਲੈ ਕੇ ਆਏਗਾ, ਕਿਉਂਕਿ ਪੰਜਾਬੀ ਪੁੰਨੂ ਪੰਜਾਬੀ। ਹੀਰੋ ਰੈਡੀ? ਰੈਡੀ। ਓ ਯਾਰ, ਪੁੰਨੂ ਪੰਜਾਬੀ ਦਾ ਹੀਰੋ ਥੋੜੀ ਨਰਜੀ। ਰੈਡੀ? ਯੈਸ। ਕੈਮਰਾਮੈਨ ਰੈਡੀ? ਐਕਸ਼ਨ। ਹੈਂ, ਐਕਸ਼ਨ ਬੋਲਦੇ ਹੀਰੋ ਚੇਂਜ? ਓਏ ਕੱਲਾ ਹੀਰੋ ਨਹੀਂ ਚੇਂਜ, ਸਾਰੀ ਫਿਲਮ ਚੇਂਜ। ਨਾਲੇ ਹੀਰੋ ਥੋੜੀ ਹੈ, ਇਹ ਤਾਂ ਪ੍ਰੋਡਿਊਸਰ ਹੈ, ਪ੍ਰੋਡਿਊਸਰ। ਓਏ ਗੱਲ ਸੁਣ। ਹਾਂਜੀ। ਜਦੋਂ ਡਾਇਰੈਕਟਰ ਨੂੰ ਮੈਂ ਹੀਰੋ ਲੱਗ ਰਿਹਾ, ਤੇਰੇ ਮਿਰਚਾਂ ਲੜ ਰਹੀ ਹੈ? ਡਾਇਰੈਕਟਰ ਸਾਹਿਬ, ਤੁਹਾਡੀ ਨਜ਼ਰ ਬੜੀ ਪਾਰਖੀ ਹੈ। ਓ ਮੇਰੀ ਨਜ਼ਰ ਤਾਂ ਜਿੱਦਾਂ ਦੀ ਵੀ ਹੈਗੀ ਠੀਕ ਹੈ, ਪਰ ਮੈਨੂੰ ਤੇਰੀ ਨਜ਼ਰ ਨਹੀਂ ਸਹੀ ਲੱਗ ਰਹੀ। ਉਹ ਹੈ ਕੌਣ ਤੂੰ ਯਾਰ? ਬਿੱਲੂ, ਬਿੱਲੂ ਬੱਕਰਾ ਨਾ ਹੈ ਇਹਨਾਂ ਦਾ। ਉਸਤਾਦ ਜੀ, ਇੱਦਾਂ ਹੀ ਬੋਲਦੇ ਹੋ ਨਾ? ਤੇਰੇ ਨਾਲ ਫਿਲਮ ਬਣਾਉਣਾ ਚਾਹੁੰਦੇ ਨੇ। ਓ ਮੈਂ ਨਹੀਂ ਕਰਦਾ ਫਿਲਮ। ਓ ਮੈਂ ਕੋਈ ਆਮ ਡਾਇਰੈਕਟਰ ਹਾਂ ਯਾਰ, ਕਿ ਲੱਲੂ ਪੰਜੂ ਨਾਲ ਫਿਲਮ ਕਰਾਂਗਾ? ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਇਹਨੂੰ ਆਪਣੀ ਫਿਲਮ ਦਿਖਾਓ। ਤੁਸੀਂ ਮੈਨੂੰ ਕੁੱਟ ਮਾਰ ਕੇ ਡਰਾ ਨਹੀਂ ਸਕਦੇ? ਐਵੇਂ ਕੁੱਟਣ ਕਟਾਣ ਦਾ ਚੀਪ ਜਿਹਾ ਕੰਮ ਅਸੀਂ ਨਹੀਂ ਕਰਦੇ, ਅਸੀਂ ਤਾਂ ਨਵਾਬੀ ਸ਼ੌਕ ਰੱਖਦੇ। ਇਹਨੂੰ ਕਮਰੇ 'ਚ ਲੈ ਕੇ ਚੱਲੋ, ਅੱਜ ਇਹਦਾ ਮਹੂਰਤ ਕਰੀਏ। ਉੱਠ ਓਏ, ਭਾਂਡੇ ਮਾਂਜਣ ਵਾਲੇ ਪਏ ਐ, ਉੱਠ। ਭਾਜੀ, ਤੁਹਾਡੇ ਨਾਲ ਫਿਲਮ ਨਹੀਂ ਕਰਨੀ ਤਾਂ ਕਿਹਦੇ ਨੇ ਕਰਨੀ ਹੈ? ਮਜ਼ਾਕ ਕਰ ਰਿਹਾ ਸੀ, ਮਜ਼ਾਕ ਕਰ ਰਿਹਾ ਸੀ ਮੈਂ ਤਾਂ। ਸਗੋਂ ਮੈਨੂੰ ਤਾਂ ਤੁਹਾਡੇ ਨਾਲ ਫਿਲਮ ਕਰਕੇ ਖੁਸ਼ੀ ਬੜੀ ਹੋਣੀ ਆ, ਮੈਂ ਤਾਂ ਲੰਗਰ ਲਵਾ ਦੇਣਾ ਸੜਕਾਂ 'ਤੇ। ਕਹਾਣੀ ਕੀ ਹੈ ਵੈਸੇ? ਕਹਾਣੀ ਕਹਾਣੀ ਤਾਂ ਬੜੀ ਦੁੱਖ ਭਰੀ ਹੈ। ਮੈਂ ਨਿੱਕਾ ਜਿਹਾ ਹੁੰਦਾ ਸੀਗਾ। ਤੁਹਾਡੀ ਗਾੜੀ ਨਹੀਂ ਪੁੱਛੀ ਜੀ, ਫਿਲਮ ਦੀ ਕਹਾਣੀ ਪੁੱਛੀ। ਫਿਲਮ ਦੀ ਰਾਈਟਰ ਕੌਣ ਆ? ਰਾਈਟਰ ਮੈਂ। ਹਾਂ ਰਾਈਟਰ। ਜੁਗ ਨੂੰ ਜਗਰਾਉਣ ਵਾਲਾ ਬਿੱਲੂ ਉਸਤਾਦ ਦਾ ਇਕਲੌਤਾ ਲਿਖਾਰੀ। ਅੱਛਾ ਅੱਛਾ ਅੱਛਾ, ਤੁਸੀਂ ਫਿਲਮ ਲਿਖੀ ਹੈ? ਉਹ ਲਿਖੀ ਨੀ, ਹਾਲੇ ਤਾਂ ਦਿਮਾਗ 'ਚ ਸੋਚੀ ਹੈ, ਸਵੇਰ ਤੱਕ ਲਿਖ ਦਿਆਂਗੇ। ਇਸ ਤੋਂ ਪਹਿਲਾਂ ਵੀ ਤੁਸੀਂ ਕੁਝ ਲਿਖਿਆ? ਕੁਛ ਲਿਖਿਆ? ਓਏ ਬਹੁਤ ਕੁਝ ਲਿਖਿਆ। ਜਿੰਨੇ ਵੀ ਬਿੱਲੂ ਉਸਤਾਦ ਨੇ ਬੰਦੇ ਕਿਡਨੈਪ ਕਰਾਏ ਨੇ, ਉਹਨਾਂ ਦੇ ਘਰੇ ਫਰੌਤੀਲੀ ਚਿੱਠੀਆਂ, ਮੈਂ ਹੀ ਤਾਂ ਲਿਖਦਾ। ਇਹ ਕੀ ਆ, ਇਹ ਲਿਖੇਗਾ? ਓਏ ਕੀ ਇੱਕ ਦੂਜੇ ਕਹਿਣੀ ਘੁਸਰ ਮੁਸਰ ਜੀ ਕਰੀ ਜਾਂਦੇ ਹੋ? ਇਹ ਕਹਾਣੀ ਮੈਂ ਲਿਖਾਂਗਾ, ਸਿਰ ਖਿੜਿਆ, ਤੇ ਕੱਲ ਨੂੰ ਸਵੇਰੇ 8 ਵਜੇ ਤੁਸੀਂ ਮੇਰੇ ਕੋਲੇ ਸਟੋਰੀ ਲੈਣਾ ਜਾਇਓ। ਠੀਕ ਹੈ ਠੀਕ ਹੈ ਜੁਗਨੂ ਵੀਰੇ।
उस्ताद जी हुण असीं जाइए, मैं सवेरे जुगनू वीरे तो स्टोरी लैंदा आऊंगा, ठीक है जी? चले तो तुसी जाओ, पर कहानी ले के वापस आया, नहीं तो मैं थोड़ी कहानी छाप दांगा। फिर ना कहो भाई मैं थोनू दस्या नहीं। हाँ चल जल्दी कर। किथे? उत्तर चल। ओ इत्थे किथे ले आया यार? चल तू। ओए होए होए यार, किन्नी गंदी मुश्क आ रही अंदरों यार। ओ तेरी ध्यान ना ही भरावा, कुछ ही नहीं दिखता। ओ तेरी पैर, ओए आ की बला पई है यार विच। कौन मरया पया? ओए ओए तो जुगनू है यार। ओ जुगनू, ओए जुगनू। लोकी घोड़े वेच के सोंदे, घर बार वेच के सोता। जुगनू ओ जंगाल खा गया। कौन है? कौन है? मैं गोली मार दूंगा। कौन है? ओ दीदा नहीं अन्ना, असी पिट्टू दा पुन्नू। ओ डायरेक्टर साहब, तुसी आजो आजो बैठो यार। खड़े क्यों बैठो ना, मैं थोड़े ते हैरान हां। ओए की ड्रामा करी जाना साले, राती तू अन्ना सी कि हुणे अन्ना होया ताजा ताजा। ओए यार, रब ने मेनू हाफ शिफ्ट लाके भेजा, ओ मेनू शामी 6 बजे तो लेके ਸਵੇਰ ਦੇ 8 ਵਜੇ ਤੱਕ ਕੁਝ ਵੀ ਦਿਖਾਈ ਨਹੀਂ ਦਿੰਦਾ। ਅੱਛਾ, ਅੰਧਰਾਤਾ ਹੋਇਆ ਇਹਨੂੰ? ਹਾਂ ਬਿਲਕੁਲ ਰਾਤਾਨਾ, ਮੈਨੂੰ ਕੁਝ ਨਹੀਂ ਦਿੰਦਾ ਹੈਗਾ। ਬੜੀ ਮਾੜੀ ਹਾਲਤ ਹੈ ਯਾਰ ਵਿਚਾਰੇ ਦੀ। ਕੋਈ ਆਈਡੀਆ ਸੋਚਿਆ? ਉਹ ਬੜੇ ਆਈਡੀਏ ਮੇਰੇ ਕੋਲੇ ਤਾਂ, ਕਮਾਲ ਕਮਾਲ ਦੇ ਆਈਡੀਏ ਨੇ। ਕਿਹੋ ਜਿਹੀ ਸਟੋਰੀ ਚਾਹੀਦੀ ਤੁਹਾਨੂੰ? ਤੇਰੀ ਸਾਲਿਆ, ਤੂੰ ਤਾਂ ਕਦੇ ਮੈਨੂੰ ਦਿਖਦਾ ਨਹੀਂ ਓਏ, ਸਿਰਫ 8 ਵਜੇ ਤੱਕ। ਹੁਣ ਮੈਨੂੰ ਦੱਸੋ ਤੁਹਾਨੂੰ ਕਿਹੋ ਜਿਹੀ ਸਟੋਰੀ ਚਾਹੀਦੀ ਹੈ? ਬੋਲੋ, ਕਮੇਡੀ ਚਾਹੀਦਾ, ਰੋਮਾਂਟਿਕ ਚਾਹੀਦਾ ਜਾਂ ਫਿਰ ਸਸਪੈਂਸ ਚਾਹੀਦਾ? ਰੋਮਾਂਟਿਕ ਸੁਣਾ। ਰੋਮਾਂਟਿਕ ਦੇਖੋ, ਚਾਂਦਨੀ ਰਾਤ ਹੈ, ਹੀਰੋ ਸੜਕ ਦੇ ਉੱਤੇ ਤੁਰਿਆ ਰਿਹਾ, ਅਚਾਨਕ ਗੁੰਡੇ ਆਉਂਦੇ ਨੇ ਤੇ ਹੀਰੋ ਆਪਣਾ ਪਿਸਤੌਲ ਤਾਣ ਲੈਂਦਾ। ਗੁੰਡੇ ਪਿਸਤੌਲ ਖੋਹਦੇ ਨੇ, ਹੀਰੋ ਪਿਸਤੌਲ ਨਹੀਂ ਦਿੰਦਾ, ਆਪਣੀ ਜਾਨ ਦੇ ਦਿੰਦਾ। ਕਿੱਦਾਂ ਲੱਗੀ? ਇਹ ਕੀ ਹੈ, ਇਹ ਚ ਰੋਮਾਂਸ ਕਿੱਥੇ ਐਂਡ ਜੋਏ? ਗੰਦੀ ਸੋਚ ਨਾ, ਜ਼ਰੂਰੀ ਥੋੜਾ ਵੀ ਮੁੰਡਾ ਤੇ ਕੁੜੀ ਰੋਮਾਂਸ ਕਰਨ? ਪਿਆਰ ਬੰਦਾ ਆਪਣੀ ਗੱਡੀ ਨੂੰ ਕਰ ਸਕਦਾ, ਆਪਣੀ ਘੜੀ ਨੂੰ। ਛੱਡ 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 ਛੱਡ, ਕਾਮੇਡੀ ਸੜਾ। ਹਾਏ 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 ਹਾਏ, ਕਮੇਡੀ ਉਹ ਸਾਡੇ ਖਾਨਦਾਨ ਦਾ, ਕਮੇਡੀ ਕੁੱਟ ਕੁੱਟ ਕੇ ਭਰੀ ਹੋਈ ਹੈ। ਲੈ ਕਮੇਡੀ ਸੁਣ, ਚਾਂਦਨੀ ਰਾਤ ਹੈ ਤੇ ਇਧਰੋਂ ਹੀਰੋ ਸੜਕ ਦੇ ਉੱਤੇ ਆ ਰਿਹਾ ਤੇ ਇਧਰੋਂ ਗੁੰਡੇ ਆ ਕੇ ਹੀਰੋ ਪਿਸਤੌਲ ਤਾਲ ਲੈਂਦਾ। ਉਹ ਤੇ ਜਦੋਂ ਪਿਸਤੌਲ ਚਲਾਉਂਦਾ ਤੇ ਪਿਸਤੌਲ ਵਿੱਚ ਗੋਲੀ ਹੁੰਦੀ ਨੀ? ਕਿੰਨੀ ਕਮੇਡੀ ਹੈ ਯਾਰ, ਤੁਸੀਂ ਹੱਸਦੇ ਨੀ, ਮੈਂ ਤੁਹਾਡੇ ਤੇ ਹੈਰਾਨ ਆ। ਭਰਾਵਾ ਕਾਮੇਡੀ ਨਾ ਟ੍ਰੈਜਰੀ ਨਾ ਕਰ, ਤੈਨੂੰ ਬਦਦੁਆ ਲੱਗਣੀ ਆ। ਕੋਈ ਹੋਰ ਆਈਡੀਆ ਹੈ? ਓਏ ਸਸਪੈਂਸ, ਬੜੀ ਖਤਰਨਾਕ ਸਟੋਰੀ ਹੈ। ਦੇਖੋ ਹਨੇਰੀ ਰਾਤ ਹੈ, ਹੀਰੋ ਆ ਰਿਹਾ ਸੜਕ ਦੇ ਉੱਤੇ, ਇਧਰੋਂ ਗੁੰਡੇ ਆ ਰਹੇ। ਯਾਰ ਬੈਠੋ ਯਾਰ, ਕਮਾਲ ਹੈ ਯਾਰ, ਉਹ ਡਾਇਲੋਗ ਤਾਂ ਸੁਣ ਕੇ ਯਾਰ ਮੈਂ ਤੁਹਾਡੇ ਤੇ ਹੈਰਾਨ ਆ। ਉਹ ਬਿੱਟੂ ਠੱਗ, ਹੁਣ ਇੱਥੇ ਕੀ ਕਰਨ ਲਿਆ? ਤੂੰ ਜਾਨ ਬਚਾਉਣੀ ਆ ਨਾ, ਜੋ ਮੈਂ ਕਹਿੰਦਾ ਉਹ ਕਰ। ਇੱਕ ਇੰਗਲਿਸ਼ ਫਿਲਮ ਲੈਣੇ ਆ, ਉਹਨੂੰ ਪੰਜਾਬੀ ਚੇਪਦੇ ਆ ਤੇ ਜਾਨ ਬਚਾਉਂਦੇ ਆ। ਚੱਲ ਬਾਲੇ ਸਵਾਲ ਨਾ ਪੁੱਛ ਮੈਨੂੰ। ਇਹ ਤਾਂ ਸਾਰੇ ਡਾਇਰੈਕਟਰ ਹੀ ਕਰਦੇ ਆ, ਤੇ ਨਵਾਂ ਕੀ ਹੈ? So cheap. हां जी, केड़ी क्रिएटिविटी दिखाने लगे हो? आ देख, पंजाबियों ने गोली मार देनी है। केड़ी बनाई है यार, आ देख। ओ भरावा बस कर, रब दा वास्ता केड़ी बनावा यार। आ देखी, यू इडियट। ओ तू, सॉरी सॉरी, तेरी हिम्मत कितना हुई मेरे नाल इतनी गंदी हरकत करन दी? सॉरी सॉरी, गलती ना सोनू फड़ा दी जी। शट अप, सॉरी सॉरी, मैं बहुत चंगी तरह जानती हूं तेरे वर्गे चीप मुंडियां नु। चीप मुंडियां नु? तुसी लोकां ने ना बेचारी शरीफ कुड़ियां दा जीदा हराम करके रखे है। तू इत्थे रुक,
मैं तेनू हुने ठीक कर। हेलो, जानता मैं थोड़े वर्गियां शरीफ कुड़ियां नू, सारी रात चमकीले ने गाने सुनदियां रहंदियां, सवेरे लखविंदर लगे ना भजन ला लैंदियां, बंदियां शरीफ कुड़ियां, नाले फेसबुक ते नकली आई डी बना के मुंडिया का फुद्दू खिंचदियां, ते जे कोई बेचारा गलती ना फस जाए ता रीचार्ज करवा 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 दबाला कर देंदियां, थोड़े वर्गियां शरीफ कुड़ियां बंदियां इत्थे शरीफ। तेनाल वेदा होया, चल मेरे ना भी बड़ी बार हो चुका है ना, मुंह चक के चल चल जल्दी कर यार, भूल जा चल। हेलो बाहर आ जा। क्यों देखे नहीं आज क्या अंदर जाना मना, तू भी बाहर चल। क्यों तेरा भी लिखिया तेरी साया मारो कुत्ते दे बटो। मेरे घर दे विच आशकी, तू मेरे घर चोरी कर लेंदा, मैं तेनु माफ कर देंदा, मेरे घर च आशकी है ताजी। अभी मैंने बेके हंसी सी हस्ती सी ता ये ता मतलब है पढ़ लो है, ले मैं हस्ता है मैंनु पढ़ मैंनु कोई ता तेरे बच्चे की मैंनु माफ कर दो सार, मैं तो ना लूड़ खाता लूड़ खान दे बहाने तू बार बार किचन च जाता होना है कम माली कोड है। बकरा जी आ की दा मूर्त कर रहे सी? आशिक दा मेरी कम वाली ते आशकी मार रहा सीगा। बड़ा चीप बंदा है यार। पाजी कहानी दा जुगाड़ हो गया, शूटिंग शुरू करो हुण। लाडे लै जा राजे बेटे नू अंदर, कोई बंदा दे मारन वास्ते एनू। शाबाश मेरा सिकंदर पुत, शाम तक एक बंदा मरवा दी ते हथों। ए मेरे मुंडा है जी, ए अजकल दे वटन टुकन आले गाने जदों भी सुनता है ना तैनू बंदा मारन दी तलब जी उठदी है। गुस्सा ना करियो तुसी। गुस्सा करन वाली केड़ी गल है, अपने घर वाली गल ही है। लम्मे पै जा सारे। भाजी हुण किनू दौरा पै गया? दौरा नहीं पै, लम्मे पै जा लम्मे। कोई कोई बम फटन वाला? मेरी धी आ रही है, इस घर दे विच किसे नू भी ओदे वल देखण दी इजाजत नहीं है। बाहर जाके देख सकते हैं। मैं दन तो उड़ता ना तेरे, फिर ना कहीं दस्या नहीं, जे गलती नाल भी किसे ने ओदे वाल देख लिया ना तो मैं गोली मार दांगा। हाँ। डैडी, आज एक मुंडे ने मार्केट च मेरे नाल बदतमीजी की। हाँ। नाले मैंने इतना पुट्ठा बोलिया मैं तुहानू दस नहीं सकती। फिर ना दस, जाके आराम कर ले। डैडी किसी ने मैंने तंग किया तो तुसी सीरियस ही नहीं हो रहे? सीरियस? हाँ सीरियस हो गया। दस किस गुस्ताख की मौत आई है जिन्हें बिल्लू बकरे दी तीन छेड़न दी जुर्रत कीती है? किथे मिलिया सी तेनू? डीवीडी स्टोर ते। जे इस शहर दा ना तब बच के नहीं जा सकता, बाहर दी मेरी कोई गारंटी नहीं है। एनीवेज छड़ो सब, ओ थोड़े मूवी वाले बंदे आने वाले सी, ओ किथे ने? लम्मे पे हैं। ओए इधर मुंह कर। ना जी तुसी क्या सी इस घर च, थोड़ी कुड़ी कोई देख नहीं सकदा। देखण नु किने के है, अखा बंद करके अंदर मुंह कर, गल कर। अखा बंद करके मैं तो गल नहीं हुंदी जी, जो गल कर रही इत्ते ही कर। ओए है पागल, मैं अखा बंद करने नु के है, मुंह बंद करने नु थोड़े के है। इधर मुंह कर, मेरी बेटी जी ने गल करनी है तेरे नाल। नहीं करना जी। छड़ो डैडी, मैं इना दी बूथी देख के की लेना? गल सुनो ओए, जेड़ी फिल्म बनेगी ओदी हीरोइन मेरी फ्रेंड होएगी, कल ले आवांगी ऑडिशन ले लेंगे। पक्का कर लो डैडी। पक्का, तू फिकर ना कर, आराम कर जाके। ओके बाय। इदी की मजाल है तेरी गल ना मनने, बिल्लू बकरा ना है मेरा। हाँ लाले वैसा अपने यार, बंदे ने झूठ नहीं बोलना चाहिए, सच बोला मैं माइंड तो नहीं करेगा। यार पहला मैं तेनू बड़ा फुद्दू बंदा समझदा ही। पर उदन डीवीडी शॉप ते तू कुड़ी दी हसी ते हसी फेरी ना। ओए ओए ओए।
फैन हो गया मैं तेरा, कमाल करती यार। अच्छा फैन हो गया। एक सच हूँ मैं बोला, वो जेड़ी कुड़ी दी आप ऐसी तैसी फेरी सी ना, वो बिल्लू बकरे दी कुड़ी है। ਉਹ ਲਾ ਲਿਆ ਤੇਰਾ ਹਿਸਾਬ ਸਾਲਿਆ ਮੈਂ। ਉਹ ਤੇਰੀ ਹਿੰਮਤ ਕਿੱਦਾਂ ਹੋਈ ਆ ਬਿੱਲੂ ਬੱਕਰੇ ਦੀ ਕੁੜੀ ਦਾ ਪੰਗਾ ਲੈਣ ਦੀ? ਹਟ ਪਿੱਛੇ। ਕਮਾਲ ਆ ਭਾਜੀ, ਉਹਦੇ ਕਿਹੜਾ ਨੰਬਰ ਪਲੇਟ ਲੱਗੀ ਸੀ? ਮੈਨੂੰ ਵੀ ਤਾਂ ਅੱਜ ਪਤਾ ਲੱਗਾ ਬਿੱਲੂ ਬੱਕਰੇ ਦੀ ਕੁੜੀ ਆ। ਪਤਾ ਤੈਨੂੰ ਹਜੇ ਨਹੀਂ ਲੱਗਾ ਕਾਕਾ? ਪਤਾ ਤੈਨੂੰ ਉਦੋਂ ਲੱਗਣਾ ਜਦੋਂ ਤੈਨੂੰ ਪੁੱਠਾ ਟੰਗ ਕੇ ਉਹਨੇ ਛਿੱਤਰ ਮਾਰੇ। ਉਹ ਭਰਾਵਾ ਮੈਂ ਤੇਰੇ ਚੱਕਰ 'ਚ ਗੋਲੀ ਨਹੀਂ ਖਾਣੀ। ਹੋ ਭਰੇ ਭਾਜੀ, ਭਾਜੀ ਮੇਰੀ ਗੱਲ ਸੁਣੋ। ਭਾਜੀ ਫਾ, ਉਹ ਭਰਾਵਾ ਮਰਨਾ ਮੈਂ। ਮੇਰੀ ਗੱਲ ਸੁਣੋ ਭਾਜੀ, ਕਿੱਥੇ ਚਲੋ? ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਭਾਜੀ। ਚੱਲ ਭਰਾ ਪਿੱਛੇ ਹਟ। ਭਾਜੀ ਮੈਂ ਫਸ ਜਾਊਗਾ, ਮੇਰੀ ਗੱਲ ਤਾਂ ਸੁਣ ਲਓ। ਬਿਸ਼ਰਮ ਬੰਦਾ ਤੂੰ ਯਾਰ। ਭਾਜੀ ਕਿੱਥੇ ਜਾ ਰਹੇ ਹੋ? ਮੇਰੀ ਗੱਲ ਤਾਂ ਸੁਣ ਲਓ। ਹਰ ਜਾ ਮੈਨੂੰ ਤਾਂ ਗੁੱਸਾ ਆ ਰਿਹਾ, ਹਰ ਜਾ। ਤੁਹਾਨੂੰ ਗੁੱਸਾ ਆ ਰਿਹਾ ਨਾ, ਮੇਰੇ ਮਾਰੋ। ਹਟ ਭਾਈ, ਮੈਂ ਕਹਿ ਰਿਹਾ ਮਾਰੋ ਮੇਰੇ। ਨਹੀਂ ਹਟਣਾ ਤੂੰ, ਮੈਂ ਸੱਚੀ ਮੂੰਹ ਤਾਂ ਤੇਰੇ ਮਾਰ ਦੇਣੀ। ਮੈਂ ਕਹਿੰਦਾ ਮਾਰੋ ਮਾਰੋ। ਸਾਲਿਆ ਪਿੱਛੇ ਕਿਉਂ ਹਟਿਆ? ਭਾਜੀ ਇਹ ਤਾਂ ਨੈਚੁਰਲ ਐਕਸ਼ਨ, ਜੇ ਕੋਈ ਬੰਦਾ ਮਾਰੂਗਾ ਬੰਦਾ ਪਿੱਛੇ ਹੀ ਹਟਦਾ। ਆਹ ਦੇਖੋ ਭਾਜੀ, ਸੌਰੀ 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 ਭਾਜੀ, ਸੌਰੀ ਭਾਜੀ, ਸੌਰੀ ਭਾਜੀ, ਸੌਰੀ। ਬੈਠੋ ਬੈਠੋ ਭਾਜੀ, ਛੱਡ ਮੈਨੂੰ। ਸੌਰੀ ਭਾਜੀ, ਸੌਰੀ 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 ਭਾਜੀ। ਪਾਣੀ ਪੀਓ, ਦਫਾ ਪਾਣੀ ਪੀਓ ਭਾਜੀ। ਦਫਾ ਹੀ ਹੋਣਾ ਪੈਣਾ ਭਾਜੀ, ਗੁੱਸਾ ਕਿਤੇ ਕੁਛ ਨਹੀਂ ਹੋਣਾ ਭਾਜੀ। ਪਲੀਜ਼ ਇਹੋ ਜਿਹਾ ਰਾਹ ਕੱਢੋ, ਕੱਲ੍ਹ ਉਹਨੇ ਆਪਣੀ ਸਹੇਲੀ ਨਾਲ ਆਉਣਾ, ਮੇਰੀ ਸ਼ਕਲ ਦੇਖੂ, ਆਪਣੇ ਬਾਪੂ ਨੂੰ ਦੱਸੂ, ਗੋਲੀ ਮਰਵਾ ਦੇਣੀ ਆ। ਓਏ ਅੱਜ ਤਾਂ ਬਚਾ ਲੂੰਗਾ, ਕੱਲ੍ਹ ਨੂੰ ਕੌਣ ਬਚਾਏਗਾ? ਉਹਨੇ ਤਾਂ ਰੋਜ਼ ਆਉਣਾ ਆ। ਬਸ ਭਾਜੀ ਮੈਨੂੰ ਕੱਲ੍ਹ ਦਾ ਦਿਨ ਬਚਾ ਲਓ, ਬਾਕੀ ਬਿੱਟੂ ਕੋ ਬੜੇ ਫਿਲਮੀ ਪਲੈਨ ਆ। ਕਿਹੜੇ ਪਲੈਨ? ਕੁੜੀ ਨੂੰ ਫਸਾ ਲੈਣਾ, ਵਿਆਹ ਕਰ ਲੈਣਾ, ਉਸ ਤੋਂ ਬਾਅਦ ਫਿਲਮ ਬਣੇ ਚਾਹੇ ਨਾ ਬਣੇ, ਘੱਟੋ ਘੱਟ ਬਿੱਲੂ ਬੱਕਰਾ ਜਵਾਈ ਨੂੰ ਤਾਂ ਨਹੀਂ ਗੋਲੀ ਮਾਰੂ। ਸਾਲਿਆ ਮੈਂ ਆ ਕੀਤੀ ਗੱਲ, ਦੇ ਮੈਂ ਭਰਾ ਨੂੰ ਪੱਪੀ। ਯਾਰ ਨਹੀਂ ਯਾਰ, ਨਹੀਂ ਯਾਰ, ਪੁੰਨੂ ਯਾਰ ਮੈਂ ਨਿਕਲਦਾ, ਪਲੀਜ਼ ਸੰਭਾਲ ਲਈ। ਕਿਉਂ ਟੈਨਸ਼ਨ ਲੈਣਾ, ਮੈਂ ਹੈਗਾ ਨਾ ਯਾਰ, ਤੂੰ ਫਟਾਫਟ ਨਿਕਲ, ਕਿਤੇ ਉੱਤੋਂ ਨਾ ਆ ਜਾਣਾ ਉਹ। ਸਹੀ ਗੱਲ ਹੈ, ਫਸ ਗਏ ਯਾਰ। ਇੱਥੇ ਬਾਹਰ ਕੀ ਕਰ ਰਹੇ ਹੋ? ਧੁੱਪ ਸੇਕ ਰਹੀ ਹੈ, ਧੁੱਪ। ਅੱਛਾ ਹਾਂਜੀ, ਸੇਕ ਲਈ ਕਿ ਹਲੇ ਹੋਰ ਸੇਕਣੀ ਹੈ? ਹੋ ਗਿਆ ਜੀ, ਹੋ ਗਿਆ ਜੀ, ਸੇਕ ਲਈ। ਆ ਜਾਓ ਫਿਰ ਅੰਦਰ। ਹਾਂਜੀ ਹਾਂਜੀ, ਆ ਜਾਓ ਆ ਜਾਓ, ਸ਼ਾਬਾਸ਼। ਆ ਗਏ, ਚਲੋ ਤੁਸੀਂ ਆ ਰਹੇ ਮਗਰ ਯਾਰ। ਓ ਭਰਾਵਾ ਫਸ ਗਏ ਯਾਰ, ਚਲਾ ਫਟਾਫਟ ਦੀ ਇਹਦੀ ਕੁੱਟ ਖਾਣਾ, ਕਿ ਦੋਵੇਂ ਜਾਣੇ ਹੋਰ ਕੀ ਆਉਂ। ਹਾਂ ਬਈ, ਹਾਏ, ਤੁਸੀਂ ਇਕੱਲੇ ਆਏ ਹੋ? ਨਾਲ ਤੁਹਾਡੀ ਸਹੇਲੀ ਵੀ ਆਣੀ ਸੀ। ਉਹ ਵੀ ਆਈ ਹੈ। ਪੰਜਾਬ ਦਾ ਐਡਾ ਵੱਡਾ ਡਾਇਰੈਕਟਰ ਮੇਰੇ ਸਾਹਮਣੇ, ਆਈ ਕਾਂਟ ਬਿਲੀਵ। ਤੁਹਾਨੂੰ ਪਤਾ ਮੈਂ ਤੁਹਾਡੀ ਕਿੰਨੀ ਵੱਡੀ ਫੈਨ ਆ। ਪਲੀਜ਼ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਵਿਆਹ? ਚੱਲ ਕਰੀਏ, 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 ਚੱਲ ਕਰੀਏ। ਓਏ ਕੀ ਕਰੀਏ? ਹਾਏ, ਆਈ ਐਮ ਪੁੰਨੂ ਪੰਜਾਬੀ, director of the film. I'm Katrina. Katrina Kaif? Katrina Bajwa. Good name. I'm Bittu. My ID. ਤੁਸੀਂ ਮੈਨੂੰ ਆਪਣੀ ਆਈਡੀ ਕਿਉਂ ਦਿਖਾ ਰਹੇ ਹੋ? ਕਿਉਂਕਿ ਮੈਂ ਹੈਲਮਟ ਉਤਾਰ ਕੇ ਆਪਣੀ ਸ਼ਕਲ ਨਹੀਂ ਦਿਖਾ ਸਕਦਾ। ਉਹ ਕਿਉਂ? ਇਹਨੂੰ ਵਿਚਾਰ ਨੂੰ ਏਡਜ਼ ਹੋ ਗਈ ਹੈ, ਅੱਜ ਸਵੇਰੇ ਰਿਪੋਰਟ ਆਈ ਹੈ। ਜੇ ਏਡਜ਼ ਹੋਵੇ ਗਈ ਤੇ ਕੀ ਗੱਲ ਹੋ ਗਈ? ਤੂੰ ਹੈਲਮਟ ਲਾ ਕੇ ਗੱਲ ਕਰ, ਗੱਲ ਕਰਨ ਨਾਲ ਏਡਜ਼ ਨਹੀਂ ਹੁੰਦੀ। ਨਹੀਂ, ਉਹ ਗੱਲ ਤਾਂ ਠੀਕ ਹੈ ਜੀ, ਗੱਲ ਕਰਨਾ ਏਡਜ਼ ਨਹੀਂ ਹੁੰਦੀ, ਪਰ ਗੱਲ ਕਰਨਾ ਜਾਣ ਪਛਾਣ ਹੁੰਦੀ ਹੈ, ਜਾਣ ਪਛਾਣ ਤੋਂ ਦੋਸਤੀ ਹੁੰਦੀ ਹੈ, ਦੋਸਤੀ ਵਿੱਚ ਤੁਹਾਨੂੰ ਪਤਾ ਹੋ ਜਾਂਦੀ ਜੀ। ਮੈਂ ਲੇਟ ਹੋ ਰਹੀ ਹਾਂ, ਛੇਤੀ ਆਡੀਸ਼ਨ ਖਤਮ ਕਰ, ਅਸੀਂ ਜਾਣਾ ਵੀ ਹੈ।
ਉਹ ਤੁਸੀਂ ਇਹਦਾ ਹੈਲਮਟ ਲਵਾ ਕੇ ਸ਼ਗਨ ਪਾਣਾ, ਫਿਲਮ ਦਾ ਡਾਇਰੈਕਟਰ ਤਾਂ ਮੈਂ ਆ, ਹੈ ਇਹਨਾਂ ਦਾ ਆਡੀਸ਼ਨ ਤਾਂ ਮੈਂ ਲੈਣਾ। ਕੈਟਰੀਨਾ ਜੀ ਆ ਜਾਓ, ਫੇਂਦਰ ਚਲੀਏ ਤੁਹਾਡਾ ਆਡੀਸ਼ਨ ਲਈਏ। ਆ ਜਾਓ ਆ ਜਾਓ ਆ ਜਾਓ ਆ ਜਾਓ ਪਲੀਜ਼। ਥੈਂਕ ਯੂ। ਕਮ 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 ਕਮ, ਓਪਨ ਦ ਡੋਰ ਪਲੀਜ਼। ਤੂੰ ਹੌਸਲਾ ਰੱਖ, ਤੂੰ ਐਡਸ ਨਾਲ ਨਹੀਂ ਮਰਦਾ, ਉਸ ਤੋਂ ਪਹਿਲਾਂ ਹੀ ਮੈਂ ਤੈਨੂੰ ਮਾਰ ਦਾਂਗਾ। ਹਾਂ ਹੰਸੀ ਆ ਨਾ, ਤੂੰ ਇੱਕ ਮਿੰਟ ਰੁਕ, ਮੈਂ ਹੁਣੇ ਆਈ। ਬਚ ਗਈ ਯਾਰ, ਰੋਣਾ ਨੀ, ਆ ਗਏ ਬੇਟਾ ਪੈਸੇ, ਬਸ ਰੋਣਾ ਨੀ ਰੋਣਾ ਨੀ। ਖੁਸ਼ ਹੁਣ ਤਾਂ ਨੀ ਵਾਰੀ ਗਈ ਰਾਜਾ ਬੇਟੇ ਨੂੰ, ਮੰਮੀ ਆ ਜਾ ਆ ਜਾ ਆ ਜਾ ਆ ਜਾ, ਸਮਾਈਲ ਬਾਏ। ਅੱਛਾ ਬੱਚਾ ਤੂੰ, ਤਾਹੀ ਮੈਂ ਸੋਚਿਆ ਤੈਨੂੰ ਸਵੇਰ ਨਾਲ ਏਸ ਕਿਵੇਂ ਹੋ ਗਈ ਸੀ। ਸੌਰੀ, ਮੈਂ ਸਮਝ ਤਾਂ ਗਈ ਸੀ ਕੁਝ ਗੜਬੜ ਹੈ। ਸੌਰੀ 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 ਯਾਰ, ਤੂੰ ਇੰਨੀ ਸੋਹਣੀ ਕੁੜੀ ਚੁਗਲੀਆਂ ਕਰਦੀ ਚੰਗੀ ਨਹੀਂ ਲੱਗਦੀ। ਪਲੀਜ਼ ਮੈਂ ਹੱਥ ਜੋੜਦਾ। ਸ਼ਟ ਅਪ ਯਾਰ, ਮੈਂ ਤੇਰੇ ਪੈਰੀ ਪੈਣਾ। ਪਲੀਜ਼ ਡੈਡੀ ਨੂੰ ਦੱਸੀ, ਮੈਂ ਇਹ ਜਾ ਮੁੰਡਾ ਨਹੀਂ, ਮੈਂ ਤੇ ਯਕੀਨ ਕਰ, ਮੈਂ ਇਹ ਜਾ। ਵਾਹ ਵਾਹ, ਕੀ ਬਾਤ ਹੈ ਸਰ, ਕਮਾਲ ਹੈ, ਜ਼ਬਰਦਸਤ। ਮੈਂ ਕਹਿੰਦਾ ਕੀ ਤੂਫਾਨੀ ਆਰਟਿਸਟ ਹੈ, ਹੀਰੋਇਨ ਨਹੀਂ, ਹੀਰਾ ਹੈ ਹੀਰਾ। ਨਾਈਸ ਟੂ ਮੀਟ ਯੂ। ਓਏ ਓਏ, ਮੂੰਹ ਤੇ ਕਪੜਾ ਪਾ, ਤੈਨੂੰ ਤਾਂ ਏਡਸ ਹੈ। ਡੈਡੀ ਇਹਦੀ ਏਡਸ ਠੀਕ ਹੋ ਗਈ। ਪਰ ਮੈਂ ਤਾਂ ਸੁਣਿਆ ਏਡਸ ਦਾ ਕੋਈ ਇਲਾਜ ਨਹੀਂ ਹੈ, ਇਹਦੀ ਏਡਸ ਕਿਵੇਂ ਠੀਕ ਹੋ ਗਈ? ਉਸਤਾਦ ਜੀ, ਐਕਚੁਅਲੀ ਹੁਣੇ ਮੈਨੂੰ ਲੈਬੋਰਟਰੀ ਤੋਂ ਫੋਨ ਆਇਆ, ਰਿਪੋਰਟ ਗਲਤ ਆ ਗਈ ਸੀ। ਆਪਣੇ ਦੇਸ਼ ਵਿੱਚ ਅਕਸਰ ਸਹੀ ਬੰਦਿਆਂ ਦੀ ਗਲਤ ਰਿਪੋਰਟ ਆ ਹੀ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ। ਸੁਣਿਆ ਇੱਥੇ ਕੋਈ ਫਿਲਮ ਬਣ ਰਹੀ ਹੈ, ਚਲੋ ਚੰਗੀ ਗੱਲ ਹੈ, ਇੱਕ ਹੋਰ ਨਵਾਂ ਪ੍ਰੋਡਿਊਸਰ, ਨਵਾਂ ਬੈਨਰ। ਪਰ ਤੁਸੀਂ ਵੀ ਸ਼ਾਇਦ ਉਹੀ ਕਰੋਗੇ ਜੋ ਸਾਰੇ ਕਰਦੇ ਨੇ, ਕਿਸੇ ਸਿੰਗਰ ਨੂੰ ਚੁੱਕ ਕੇ ਹੀਰੋ ਬਣਾ ਦੋਗੇ ਤੇ ਸਾਡੇ ਵਰਗੇ ਟੈਲੈਂਟਡ ਐਕਟਰ ਨੂੰ ਛੋਟਾ ਮੋਟਾ ਜਿਹਾ ਰੋਲ ਦੇ ਦਿਓਗੇ, ਜਾਂ ਸ਼ਾਇਦ ਉਹ ਵੀ ਨਹੀਂ। ਪਰ ਕੋਈ ਗੱਲ ਨਹੀਂ, ਮੈਂ ਕਿਸੇ ਚੀਜ਼ ਤੋਂ ਨਹੀਂ ਡਰਦਾ, ਨਾ ਇਨਸਾਨ ਤੋਂ, ਨਾ ਭਗਵਾਨ ਤੋਂ, ਨਾ ਭੂਤ ਤੋਂ, ਨਾ ਸ਼ੈਤਾਨ ਤੋਂ, ਨਾ ਕਿਸੇ ਬਿੱਲੂ ਤੋਂ, ਨਾ ਬੱਕਰੇ ਤੋਂ, ਨਾ ਮੋਟਰ ਤੋਂ, ਨਾ ਛੱਕੜੇ ਤੋਂ, ਨਾ ਅਮੀਰ ਤੋਂ, ਨਾ ਗਰੀਬ ਤੋਂ। ਡਰਦਾ ਹਾਂ ਤਾਂ ਸਿਰਫ ਇਸ ਕਲਾਕਾਰ ਦੇ ਨਸੀਬ ਤੋਂ, ਕਿਉਂਕਿ ਮੈਂ ਇੱਕ ਸੱਚਾ ਕਲਾਕਾਰ ਹਾਂ। ਚੰਗਾ ਜੀ, ਸਤਿ ਸ਼੍ਰੀ ਅਕਾਲ, ਚੱਲਦਾ। ਇਹ ਕੀ ਚੀਜ਼ ਸੀ? ਹੁਣੇ ਚੈੱਕ ਕਰ ਲੈਂਦੇ ਹਾਂ। ਹੈਲੋ, ਇੱਕ ਮਿੰਟ ਗੱਲ ਸੁਣ, ਨਾਮ ਕੀ ਤੇਰਾ? ਵਿੱਕੀ। ਯਾਰ, ਮੈਨੂੰ ਤੇਰਾ ਕੌਨਫੀਡੈਂਸ ਤੇ ਹਿੰਮਤ ਦੇ ਕੇ ਬਹੁਤ ਖੁਸ਼ੀ ਹੋਈ। ਸਾਡੀ ਫਿਲਮ ਹੈਗੀ ਭੂਤਾਂ ਵਾਲੀ, ਡਰੇਗਾ ਤਾਂ ਨਹੀਂ? ਮੈਂ ਹੁਣੇ ਹੁਣੇ ਕੀ ਕਿਹਾ, ਮੈਂ ਕਿਸੇ ਚੀਜ਼ ਤੋਂ ਡਰਦਾ। ਠੀਕ ਹੈ, ਤੇਰਾ ਹੀਰੋ ਦਾ ਰੋਲ ਪੱਕਾ। ਤੂਫਾਨ ਮਿਲ ਜੀ, ਹੀਰੋ ਮਿਲ ਗਿਆ, ਹੀਰੋਇਨ ਮਿਲ ਗਈ, ਹੁਣ ਉਡੀਕ ਕਿਸ ਚੀਜ਼ ਦੀ ਹੈ? ਚਪੇੜਾ ਦੀ, ਨਾਰੀਅਲ ਦੀ। ਇੱਕ ਮਿੰਟ, ਨਾਰੀਅਲ। ਹਸਨ ਹੈ ਕੋਈ ਅੱਖੇ, ਕਿਆ ਹੈ ਕਿਆ ਹੈ ਤੋਰ।
ਗੱਲਾਂ ਨੇ ਗੁਲਾਬ ਦੀਆਂ ਵੈਰੀ ਵੈਰੀ ਸਵੀਟ ਅੰਗ ਅੰਗ ਛੱਡਦਾ ਏ ਮੇਰਾ ਪੂਰੀ ਹੀਟ ਯਾਰ ਵੈਸੇ ਮੈਨੂੰ ਗੱਲ ਨਹੀਂ ਸਮਝ ਆ ਰਹੀ, ਕਮਾਲ ਹੀ ਹੋ ਗਈ ਇਹ ਤਾਂ। ਇੰਨਾ ਵੱਡਾ ਸੈੱਟ ਗਿਆ ਤੇ ਉਹਦੇ ਖਰੋਚ ਤੱਕ ਵੀ ਨਹੀਂ ਆਈ। ਸਹੀ ਗੱਲ ਹੈ ਯਾਰ, ਉਹਨੂੰ ਤਾਂ ਰੱਬ ਨੇ ਬਚਾ ਲਿਆ। ਪਰ ਇਸੇ ਵੇਲੇ ਵਿੱਚ ਜੋ ਵੀ ਕੋਈ ਆਇਆ ਨਾ, ਬਚ ਕੇ ਨਹੀਂ ਗਿਆ। ਯਾਰ ਉਹ ਕੁੜੀ ਕਿਵੇਂ ਬਚ ਗਈ, ਮੈਂ ਉਹਦੇ ਤੇ ਹੈਰਾਨ ਹਾਂ। ਕੀ ਮਤਲਬ ਤੇਰਾ ਓਏ? ਮਤਲਬ ਇਹ, ਬਿੱਲੂ ਬੱਕਰੇ ਨੇ 4 ਕਤਲ ਕਰੇ ਨੇ ਇਸ ਹਵੇਲੀ ਤੇ ਕਬਜ਼ਾ ਲੈਣ ਦੀ ਖਾਤਰ। ਕਹਿੰਦੇ ਨੇ ਉਹਨਾਂ 4 ਦੀ ਆਤਮਾ ਇਸ ਹਵੇਲੀ ਦੇ ਵਿੱਚ ਭਟਕਦੀ ਫਿਰਦੀ ਹੈ। ਜਿਹੜਾ ਵੀ ਕੋਈ ਬੰਦਾ ਇਸ ਹਵੇਲੀ 'ਚ ਆਉਂਦਾ, ਉਹ ਜਾਂ ਤਾਂ ਹਵੇਲੀ ਛੱਡ ਕੇ ਚਲਾ ਗਿਆ ਤੇ ਜਾਂ ਫਿਰ ਮਰ ਗਿਆ। ਨਾ ਮਾਮਾ, ਤੂੰ ਪੜਵਈਆਂ ਲੱਗਦਾ ਉਹਨਾਂ ਦਾ, ਤੈਨੂੰ ਛੱਡਤਾ। ਓਏ ਮੈਨੂੰ ਪੁੱਤਾ ਕੁਛ ਨਹੀਂ ਕਹਿ ਸਕਦੀਆਂ। ਹੁਣ ਜਰਾ ਸਾਲਿਆ, ਤੂੰ ਬਾਬੇ ਬੰਗਾਲੀ ਦਾ ਤਵੀਤ ਪਾਇਆ ਮਰੂ। ਓ ਮੇਰੀ ਗੱਲ, ਓਏ ਮੂਰਖਾ, ਮੇਰੀ ਗੱਲ ਤਾਂ ਸੁਣ ਤੂੰ। ਮੈਨੂੰ ਭੂਤਾਂ ਕੁਛ ਨਹੀਂ ਕਹਿੰਦੀਆਂ, ਕਿਉਂਕਿ ਭੂਤਾਂ ਆਉਂਦੀਆਂ ਨੇ ਰਾਤ ਨੂੰ ਤੇ ਮੈਨੂੰ ਰਾਤ ਨੂੰ ਦਿਸਦਾ ਨਹੀਂ ਹੈਗਾ। ਮੇਰੀ ਗੱਲ ਸੁਣ ਡਾਕਟਰ ਸਾਹਿਬ, ਉਰਿਆ ਕੰਨ ਕਰ। ਕੀ ਗੱਲ ਆ? ਉਹ ਮੇਰੀ ਗੱਲ ਤਾਂ ਸੁਣ, ਕੰਨ ਕਰ ਮੇਰੀ। ਮੰਨੋ ਤੁਸੀਂ ਰਾਤ ਨੂੰ ਨਾ ਜਦੋਂ ਭੂਤਾਂ ਆਉਣ, ਤੁਸੀਂ ਦੋਵੇਂ ਜਾਣੇ ਵਾਹਿਗੁਰੂ 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 ਵਾਹਿਗੁਰੂ। ਚੱਲ ਦਫਾ ਹੋ। ਕਮਾਲ ਦੀ ਗੱਲ ਹੈ ਯਾਰ, ਤੁਸੀਂ ਮੈਨੂੰ ਧੱਕੇ ਕਾਹਨੂੰ ਮਾਰੀ ਜਾਂਦੇ ਹੋ? ਮੈਂ ਤੁਹਾਡੇ ਤੇ ਹੈਰਾਨ ਆ। ਅੱਜ ਮਿੱਤਰਾਂ ਦੀ ਦੋਵੇਂ ਤਿੰਨੇ ਅੱਖਾਂ ਲਾਲ ਨੇ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸਣੀ ਮਿੱਤਰਾਂ ਦੀ। ਇਡੀਅਟ ਲੈ, ਕਮਾਲ ਦੀ ਗੱਲ ਹੈ, ਇਹਦੇ ਚ ਇਡੀਅਟ ਵਾਲੀ ਕਿਹੜੀ ਗੱਲ ਹੈ? ਮੁੰਡੇ ਹੀ ਵੱਜਿਆ, ਗੋਲੀ ਥੋੜਾ ਵੱਜੀ ਹੈ ਨਾ। ਜੇ ਕੋਈ ਤੇਰਾ ਭਾਰੀ ਨੁਕਸਾਨ ਹੋ ਗਿਆ, ਆਪਾਂ ਤੇਰਾ ਹਰਜਾਨਾ ਭਰ ਦਿੰਦੇ ਆ। ਬੋਲ ਲੈ, ਬੋਲਦੀ ਕਿਉਂ ਨੀ? ਮੈਂ ਤੇਰੇ ਤੇ ਹੈਰਾਨ ਆ। ਹੈ ਮਿੱਤਰਾਂ ਦੀ ਦੋਵੇਂ ਅੱਖਾਂ ਲਾਲ ਨੇ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸਣੀ। ਵਹਿ ਬਿੱਟੂ, ਇਹ ਭੂਤ ਭਾਤ ਸੱਚੀ ਹੁੰਦੇ ਆ? ਕਿਹਦੀਆਂ ਗੱਲਾਂ ਚ ਆ ਗਏ ਯਾਰ ਤੂੰ? ਤੂੰ ਆਪਣੀ ਫਿਲਮ ਪੂਰੀ ਕਰ ਤੇ ਨਿਕਲੀਏ। ਉਹ ਮੇਰੀ ਫਿਲਮ ਤਾਂ ਪੂਰੀ ਹੋ ਹੀ ਜਾਣੀ ਆ, ਤੂੰ ਆਪਣੀ ਲਵ ਸਟੋਰੀ ਪੂਰੀ ਕਰ, ਨਹੀਂ ਤਾਂ ਬਿੱਲੂ ਬੱਕਰੇ ਨੇ ਤੈਨੂੰ ਪੂਰਾ ਕਰ ਦੇਣਾ। ਨੇੜੇ ਕਿੱਦਾਂ ਜਾਵਾਂ ਯਾਰ, ਕੋਈ ਮੌਕਾ ਤਾਂ ਮਿਲੇ। ਆਈਡੀਆ, ਸ਼ੂਟਿੰਗ ਕੱਲ ਰਾਤ ਦੀ ਆ ਨਾ? ਹਾਂ, ਬਸ ਫਿਰ ਕੱਲ ਤੂੰ ਦਿਨੇ ਨਾ ਸਾਰੇ ਸਟਾਰ ਕਾਸਟ ਨੂੰ ਨਾ ਬਾਹਰ ਲੈ ਕੇ ਜਾਣਾ ਟ੍ਰੀਟ ਦੇਣ ਲਈ। ਉਹ ਕਿਉਂ? ਬਸ ਤੂੰ ਲੈ ਕੇ ਜਾਣਾ ਬਾਕੀ। ਅੱਛਾ ਅੱਛਾ, ਲਾ ਲਿਆ ਤੇਰਾ ਸਾਸ। ਓਏ ਪੱਪੀ ਪੈਂਡਿੰਗ ਆ ਸਾਲਾ। ਹਾਏ ਕੀਰਤ, ਤੂੰ ਠੀਕ ਤੇ ਹੈ ਨਾ? ਮੈਂ ਤਾਂ ਡਰੀ ਗਈ ਸੀ। ਤੂੰ ਰੈਸਟ ਕਰ। ਹਾਂ, ਮੈਂ ਵੀ ਚੇਂਜ ਕਰਨ ਚੱਲੀ ਹਾਂ, ਬਾਅਦ 'ਚ ਮਿਲਦੇ ਹਾਂ। ਬਾਏ।
बिट्टू एक ही हरकत है। ओ सॉरी यार, सॉरी सॉरी। ओ मेरे नाल इस तरह का मजाक ना करी, मैनू बिल्कुल पसंद नहीं। ओहो जिदा ना पसंद है उदा ना दस दो, उदा ना कर लांगे। शट अप, किवें आया? हाँ एक्चुअली मैं ता आया सी, ओ कल रात दा शूट है ना, ता डायरेक्टर कह रहा सी के सारी स्टार कास्ट नू ट्रीट ते लेके जाना, तुसी चलोगे ना? मैं नहीं आना। एदा मतलब तुसी आओगे? मैं कदों कहया? तुसी ता नहीं कहया जी, पर मैं आपे थोड़ी दिल दी गल सुन ली। ओ दिल दी गल, उड़ जा उड़ जा। दास तो उड़न नू तैयार है जी, बस थोड़ी हवा दी लोड़ है। मैं दवा तेनू हवा? डैडी पुन्नू जी, तुसी मिमिक्री बहुत बढ़िया कर दे हो, किसी फिल्म स्टार दी मिमिक्री करके विखाओ ना। नहीं यार फिर सही, नेक्स्ट टाइम। पुन्नू जी नेक्स्ट टाइम क्यों होता है, करो ना यार प्लीज। कम ऑन पुन्नू प्लीज, थोड़ी सी विखा दे प्लीज। फिर सही यार, प्लीज पुन्नू जी करो ना। ठीक है जी। सुनील शेट्टी जी दी एक्टिंग। लंबरदारा लंबरदारा, तेरे प्यो ने मेरे प्यो नु मारिया, हुण मैं तेरे प्यो नु मारांगा। लंबरदार है क्या सनी देओल? इल्जाम ते इल्जाम, इल्जाम ते इल्जाम लग रहे ने, लेकिन तेरे प्यो नु पंडता ने मुंडे ने मारिया सी, ए सारा पिंड जानदा है। पर ओ ता पहला प्यो सी ना मेरा, हुण मैं दूजे प्यो दी गल कर रहा हां। उत्तो कुकी देखो गल इदां, शेट्टी गिल साहब इन्होंने तुहाडे प्यो नु मारिया या नहीं मारिया ये तो मैनू पता नहीं, पर तुहानू जरूर मार देना है। ए सारे टब्बर दा गुस्सा बड़ा यालमी ते युती बड़ी बाउंदे ही। चलो ए ऊ करे करो जाके। बस करे करे। वेरी गुड जी। मजा आ गया पुनू जी, बहुत वधिया कीता तुसी। अच्छा जी। ले फिर ऐश। क्या बात है जी। आकी क्या बाता मालको, ये तो रिंग है, कमाल है, लोकां दे खाने चो कॉकरोच निकलदे ने, ते इधर एंगेजमेंट है। क्या बात है, सोहनी है, लॉटरी लगी। पालो जी तेरा दिमाग खराब है, तू सोच वे किदा ले कि ये पॉसिबल है? तेरी उस दिन दी चीप हरकत नु मैं माफ करता, ते तू सोचे कि मैं तेनु लाइक कर दियां? हां हां, मैं तेरे नाल खान आ गई ते तू सोचे कि बस हुण गल बन गई? लिसन यू, अपनी औकात विच रह, तू मेरे प्यो दा नौकर है, उदे अगे पीछे पूछ हिलांदा फिरदा है। तू सोच भी किदा लिया कि मैं तेरे वर्गे मुंडे नाल व्याह करावांगी? की समझदा तू अपने आप नू? बल्ले ओ तेरे, की स्कीम लाई है? नौकर तो सीधा जवाई बनन लग गया सी, मेरे अगे मंडराई भी ना, तेरे वर्गे मुंडिया नू तो मैं फिर जुत्ती दे भी ना रखा। डोंट शो मी योर फेस अगेन। ओ माय गॉड, एक्सक्यूज मी, सॉरी मैम, ऑर्डर दूजे टेबल दा सी। की ए ऑर्डर गलती नाल तुहाडे टेबल ते आ गया, दूजे टेबल दा ऑर्डर सी। बिट्टू आई एम सॉरी। हाँ सॉरी। बिट्टू यार बिल तो दे जा। बिट्टू बिट्टू रोक यार। कोई हाथ पैर जू तेरे ते, बच के रही नी तू न करो, बच के रही नी। किरत तू इत्थे कल्ली खड़ी की करदी है? विकी आ रात नू हवेली किन्नी डरावनी लगदी है ना। मैनू तां नहीं लगदी, लगदा तू भूत प्रेता च विश्वास करदी है। हां करदी भी आ ते नहीं भी, करदी भी आ ते नहीं भी, मतलब भूता बारे सुनिया बहुत है,
ਤਾਂ ਕਰਦੀ ਆ ਪਰ ਕਦੇ ਵੇਖਿਆ ਨਹੀਂ ਇਸ ਕਰਕੇ ਨਹੀਂ ਵੀ ਕਰਦੀ ਓਮ ਚਮੁੰਡਾ ਨਮਾ ਆ ਕੀ ਕਰ ਰਿਹਾ ਹੈ ਮੈਨੂੰ ਭੂਤ ਪ੍ਰੇਤ ਬੁਲਾਉਣ ਦਾ ਮੰਤਰ ਆਉਂਦਾ ਹੈ ਭੂਤ ਪ੍ਰੇਤ ਬੁਲਾ ਰਿਹਾ ਓਮ ਚਮੁੰਡਾ ਨਮਾ ਵਿੱਕੀ ਭੂਤ ਤੋਂ ਮੈਨੂੰ ਬਹੁਤ ਡਰ ਲੱਗ ਰਿਹਾ ਹੈ ਚਮੁੰਡਾ ਨਮਾ ਵਿੱਕੀ ਪਲੀਜ਼ ਸਟਾਪ ਇਟ ਭੂਤਾਂ ਨੂੰ ਬੁਲਾਉਣ ਤੇ ਭੂਤ ਸੱਚੀ ਆ ਜਾਂਦੇ ਨੇ ਤਾਂ ਹੀ ਤਾਂ ਬੁਲਾ ਰਿਹਾ ਭੂਤ ਆ ਜਾਣਗੇ ਓਮ ਚਮੁੰਡਾ ਤਾਂ ਹੀ ਤਾਂ ਬੁਲਾ ਰਿਹਾ ਓਮ ਚਮੁੰਡਾ ਨਮਾ ਵਿੱਕੀ ਤੰਗ ਨਾ ਕਰ ਮੈਨੂੰ ਡਰ ਲੱਗ ਰਿਹਾ ਹੈ ਵਿੱਕੀ ਨਮਾ ਵਿੱਕੀ ਵਿੱਕੀ ਬੰਦ ਕਰ ਚਮੁੰਡਾ ਨਮਾ ਅੱਜ ਫਿਰ ਮਿੰਟ ਹੀ ਸੀਨ ਕਰ ਰਿਹਾ ਹੈ ਵੈਰੀ ਗੁੱਡ ਬਣਾਓ ਫਿਰ ਘੈਂਟ ਜਿਹਾ ਕੋਈ ਪੋਜ ਵਾਹ ਕਿਆ ਬਾਤ ਹੈ ਮੈਂ ਜਰਾ ਫਰੇਮ ਚੈੱਕ ਕਰ ਲਾ ਇਹਨੂੰ ਕੀ ਹੋਇਆ ਪਿੱਟੂ ਪਿੱਟੂ ਪਲੀਜ਼ ਇੱਦਾਂ ਨਾ ਕਰ ਪਿੱਟੂ ਆਈ ਐਮ ਰੀਅਲੀ ਸੋਰੀ ਆਈ ਨੋ ਮੈਂ ਤੈਨੂੰ ਬਹੁਤ ਹਰਟ ਕੀਤਾ ਬਟ I'm sorry, please. ਮੈਂ ਤੈਨੂੰ ਬਹੁਤ ਹਰਟ ਕੀਤਾ ਬਿੱਟੂ ਬਿੱਟੂ ਉਸਤਾਦ ਜੀ ਕਿੱਥੇ ਚੱਲੇ ਹੋ ਕੀ ਹੋ ਗਿਆ ਕਿਉਂ ਨਖਰੇ ਕਰੀ ਜਾਂਦਾ ਯਾਰ ਉਹ ਐਡੀ ਸੋਹਣੀ ਕੁੜੀ ਤੇਰੀਆਂ ਮਿੰਨਤਾਂ ਕਰਦੀ ਤੂੰ ਐਵੇਂ ਭਾਅ ਖਾਈ ਜਾਂਦਾ ਹੈ ਹੱਥ ਮਿਲਾ ਤੇ ਦੋਸਤੀ ਕਰ ਠੀਕ ਹੈ ਫਿਰ ਦੋਸਤੀ ਤਾਂ ਤੈਨੂੰ ਪਤਾ ਹੀ ਆ ਇਹਨੂੰ ਵੀ ਪਤਾ ਕਿਉਂਕਿ ਸਾਨੂੰ ਤਾਂ ਪਤਾ ਹੀ ਹੈ ਆ ਜਾਓ ਜੀ ਆਪਾਂ ਕਿਸੇ ਹੋਰ ਨੂੰ ਦੱਸੀਏ ਠੀਕ ਸੈਟਿੰਗ ਆ ਲਾਈਟ ਸਿੱਧੀ ਕਰਵਾਓ ਯਾਰ ਉਹ ਹੀਰੋ ਦੇਖੋ ਤਿਆਰ ਹੋਇਆ ਪੁੰਨੂ ਜੀ ਮੈਂ ਅੱਜ ਸੋਹਣੀ ਤਾਂ ਲੱਗ ਰਹੀ ਹੈ ਨਾ ਕਮਾਲ ਸੋਹਣੇ ਬਹੁਤ ਸੋਹਣੇ ਲੱਗ ਰਹੇ ਹੋ ਬਹੁਤ ਸੋਹਣੇ ਮੇਰੇ ਐਂਗਲ ਤੋਂ ਦੇਖੋ ਥੈਂਕ ਯੂ ਸੋ ਮਚ ਪੁੰਨੂ ਜੀ ਥੈਂਕ ਯੂ ਤੇ ਤੁਹਾਡਾ ਸਰ ਜੀ ਹਾਂਜੀ ਸੈੱਟ ਤੇ ਚਾਹ ਪੱਤੀ ਖਤਮ ਹੋ ਗਈ ਤੇ ਮੈਂ ਕੀ ਕਰਾਂ ਯਾਰ ਮੈਂ ਡਾਇਰੈਕਟਰ ਕੀ ਗੱਲ ਆ ਤੁਸੀਂ ਚੰਗਾ ਮਜ਼ਾਕ ਬਣਾਇਆ ਹੋਇਆ ਚਲੋ ਹਟ ਜਿਹੜਾ ਦੇਖੋ ਮੈਨੂੰ ਮੂੰਹ ਚੱਕੇ ਉਹ ਸ਼ਕਲ ਨਾ ਦੇਖੋ ਮੈਡਮ ਦਾ ਟੱਚਅਪ ਕਰੋ ਹੱਦ ਆ ਯਾਰ ਤੁਹਾਡੇ ਲਈ ਮਜ਼ਾਕ ਬਣਾਇਆ ਡਾਇਰੈਕਟਰ ਯਾਰ ਮੈਂ ਕੀ ਆ ਹੈ ਨਾਲੇ ਕੋਈ ਫਾਲਤੂ ਬੰਦਾ ਮੈਂ ਨੇੜੇ ਨਾਲ ਚਾਹੀਦਾ ਹਟੋ ਪਿੱਛੇ ਉਹ ਸਰ ਤੁਸੀਂ ਸਰ ਸੋਰੀ ਸਰ ਮੈਂ ਫਾਲਤੂ ਨਹੀਂ ਸਰ ਤੁਸੀਂ ਤਾਂ ਮਾਲਕ ਹੋ ਸਰ ਹੈ ਮੈਂ ਪ੍ਰੋਡਿਊਸਰ ਹਾਂ ਫਿਲਮ ਦਾ ਮੈਨੂੰ ਫਾਲਤੂ ਕਹਿ ਰਹੇ ਨਹੀਂ ਸਰ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਗਲਤੀ ਹੋ ਗਈ ਕੀ ਹੋ ਰਿਹਾ ਹੈ ਕੁਛ ਨਹੀਂ ਸਰ ਉਹ ਸੀਨ ਦੀ ਸੈਟਿੰਗ ਕਰ ਰਹੇ ਸੀ ਕਿਹੜਾ ਸੀਨ ਕਰ ਰਿਹਾ ਤੂੰ ਰੇਪ ਸੀਨ ਕਰ ਰਿਹਾ ਜੀ ਇਹ ਤਾਂ ਮੈਂ ਕਰਾਂਗਾ ਸਰ ਤੁਸੀਂ ਤੁਸੀਂ ਕਿੱਦਾਂ ਕਰੋਗੇ ਸਰ ਤੁਸੀਂ ਮੈਂ ਨਹੀਂ ਕਰ ਸਕਦਾ ਮੈਂ ਪੈਸੇ ਖਰਚੇ ਆ ਮੈਂ ਫਿਲਮ ਦਾ ਪ੍ਰੋਡਿਊਸਰ ਹਾਂ ਮੈਂ ਹਰੇਕ ਚੀਜ਼ ਕਰ ਸਕਦਾ ਨਹੀਂ ਮੇਰੀ ਮੇਰੀ ਗੱਲ ਨਹੀਂ ਸਮਝੇ ਸਰ ਕੁੜੀ ਦਾ ਰੇਪ ਨਹੀਂ ਹੋ ਰਿਹਾ ਇਹਦੇ ਚ ਤਾਂ ਤੇਰਾ ਹੋ ਰਿਹਾ ਅੱਛਾ ਤਾਂ ਹੀ ਤੂੰ ਚੀਕਾ ਮਾਰ ਰਿਹਾ ਸੀ ਨਹੀਂ ਸਰ ਇਹ ਚ ਮੈਂ ਕੁਝ ਅਲੱਗ ਕਰ ਰਿਹਾ ਮਤਲਬ ਕੁੜੀ ਵੱਲੋਂ ਮੁੰਡੇ ਦਾ ਰੇਪ ਹੋ ਰਿਹਾ ਇਹਦੇ ਚ ਫਿਰ ਤਾਂ ਬਹੁਤ ਸੌਖਾ ਕੰਮ ਹੈ ਫਿਰ ਤਾਂ ਮੈਂ ਹੀ ਕਰਾਂਗਾ ਨਹੀਂ ਤਾਂ ਤੈਨੂੰ ਮੇਰਾ ਪਤਾ ਹੀ ਹੈ ਨਹੀਂ ਨਹੀਂ ਮੇਕਅਪ ਦਾਦਾ ਰੈਡੀ ਕਰੋ ਸਰ ਕੋ ਰੋਲਿੰਗ ਡੁੰਮਰ ਸੱਜਣਾ ਸੀਨ 36 ਸ਼ਾਟ 9 ਟੇਕ 9 ਅੱਜ ਤੂੰ ਬਚ ਕੇ ਕਿੱਥੇ ਜਾਏਗਾ ਸੋਹਣਿਆ ਅੱਜ ਤਾਂ ਤੇਰਾ ਰੇਪ ਹੋ ਕੇ ਰਹੇਗਾ ਮੈਂ ਪੂਜਾ ਤੇ ਤੂੰ ਮੇਰਾ ਪੁਜਾਰੀ ਛੱਡ ਦੇ ਮੈਨੂੰ ਬਚਾ ਬਚਾ ਛੱਡ ਮੈਨੂੰ ਪੁਲਿਸ ਪੁਲਿਸ ਬਚਾ
ਮੇਰੀ ਕਹਾਣੀ ਦਾ ਰੇਪ ਕਿਉਂ ਕਰ ਰਹੇ ਹੋ ਸਰ? ਬਿੱਲੂ ਜੀ, ਕੁੜੀ ਤੁਹਾਡਾ ਰੇਪ ਕਰ ਰਹੀ, ਤੁਸੀਂ ਡਰਨਾ ਹੈ, ਡਰ ਦੇ ਐਕਸਪ੍ਰੈਸ਼ਨ ਦਿਓ। ਪਾਗਲ ਹੈ, ਮੈਂ ਚਪੇੜ ਮਾਰਾਂਗਾ ਤੇਰੇ ਮੂੰਹ ਤੇ। ਬਦਮਾਸ਼ ਡਰਦਾ ਚੰਗਾ ਲੱਗਦਾ? ਨਾਲੇ ਗੱਲ ਸੁਣ, ਇਹਦੇ ਚ ਡਰਨ ਵਾਲੀ ਕਿਹੜੀ ਗੱਲ ਹੈ? ਜਿਵੇਂ ਮੈਂ ਕਹਿੰਦਾ ਉਸ ਤਰ੍ਹਾਂ ਹੀ ਕਰ, ਚੱਲ ਬੈਠ ਉੱਥੇ। ਮੈਂ ਪ੍ਰੋਡਿਊਸਰ ਨੇ ਬੈਠ ਕੇ ਉੱਥੇ ਤੇਰੇ ਗੋਲੀ ਵੱਜਣੀ ਵੱਜਣੀ ਭਰਾਵਾ, ਇਹਨੇ ਕੁਛ ਨਹੀਂ ਕਰਨ ਦੇਣਾ, ਫਿਲਮ ਤੇਰੀ ਫਲੋਪ ਹੈ। ਹੰਸੀ, ਹੰਸੀ ਕਿੱਥੇ ਯਾਰ? ਮੈਂ ਤਾਂ ਕਿਤੇ ਜਾਣਾ ਸੀ। ਓਹੋ, ਮੈਂ ਤਾਂ ਬਿੱਟੂ ਨੂੰ ਮਿਲਣ ਜਾਣਾ ਸੀ। ਕੀ ਕਰ ਰਿਹਾ ਸੀ ਸਾਰਿਆ ਇੱਥੇ ਤੂੰ? ਮੈਂ ਤਾਂ ਜੀ ਨੀਂਦ ਚ ਚੱਲ ਰਿਹਾ ਸੀ। ਨਾ, ਤੂੰ ਨੀਂਦ ਚ ਚੱਲ ਨਹੀਂ ਸੀ ਰਿਹਾ, ਤੂੰ ਨੀਂਦ ਚ ਡਰਾ ਰਿਹਾ ਸੀ। ਨਹੀਂ ਜੀ, ਨਹੀਂ ਜੀ, ਮੈਂ ਤਾਂ ਸੱਚੀ ਨੀਂਦ ਚ ਜੀ। ਬਿੱਟੂ, ਤੂੰ ਬਾਜ਼ ਨਹੀਂ ਆਂਦਾ ਮਸਤੀ ਕਰਨ ਤੋਂ, ਕਿਉਂ ਤੰਗ ਕਰ ਰਿਹਾ ਡੈਡੀ ਨੂੰ? ਡੈਡੀ ਇਹਨੂੰ ਮੈਂ ਬੁਲਾਇਆ ਸੀ। ਤੂੰ ਕਿਉਂ ਬੁਲਾਇਆ ਸੀ ਇਹਨੂੰ ਆਪਣੇ ਰੂਮ 'ਚ? ਡੈਡੀ ਉਹ, ਹਾਂ ਕੀ ਕੀ ਡੈਡੀ? ਮੇਰਾ ਟੋਇਲਟ ਬੜਾ ਗੰਦਾ ਹੋ ਗਿਆ ਸੀ ਤੇ ਮੈਂ ਸੋਚਿਆ ਕਿ ਸਾਫ਼ ਕਰਾ ਲਾਂ। ਬੰਦਾ ਬੜਾ ਸਹੀ ਚੁਣਿਆ ਟੋਇਲਟ ਸਾਫ਼ ਕਰਾਉਣ ਵਾਸਤੇ। ਥੈਂਕ ਯੂ ਜੀ। ਚੱਲ ਪੁੱਤ, ਲੱਗ ਜਾ ਆਪਣੇ ਕੰਮ। ਠੀਕ ਹੈ ਜੀ। ਇੱਧਰ ਕਿੱਧਰ? ਟੋਇਲਟ ਇੱਧਰ ਨਹੀਂ, ਇੱਧਰ ਹੈ। ਠੀਕ ਹੈ, ਨਾਲੇ ਇਸ ਤੋਂ ਬਾਅਦ ਮੇਰੇ ਰੂਮ ਦਾ ਟੋਇਲਟ ਵੀ ਸਾਫ਼ ਕਰ ਦੇ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਫਰਨੈਲ ਪਾ ਕੇ? ਹਾਂ ਜੀ। ਕੀ ਪਾ ਕੇ? ਫਰਨੈਲ ਪਾ ਕੇ ਜੀ। ਹਾਂ, ਤੂੰ ਚੱਲ ਮੇਰੇ ਨਾਲ, ਆ ਜਾ ਛੇਤੀ। ਆਈ ਜੀ। ਯਾਰ ਬਿੱਟੂ, ਯਾਰ ਟੋਇਲਟ ਤਾਂ ਵੈਸੇ ਆਪਣੇ ਰੂਮ ਵਾਲਾ ਵੀ ਬੜਾ ਗੰਦਾ ਹੈ। ਕਰ ਲਾ ਫਿਰ। ਮੈਂ ਕਮਾਲ ਹੈ ਨਾ, ਜੇ ਉਹਦਾ ਵਿਆਹ ਕਰਾ ਕੇ ਉਹਦੇ ਪਿਓ ਤੋਂ ਬਚਣਾ ਹੀ ਨਾ, ਤਾਂ ਰਾਂਝਾ ਤਾਂ ਬਣਨਾ ਹੀ ਪੈਣਾ ਕਾਕਾ। ਯਾਰ ਮੈਂ ਤਾਂ ਆਲਰੇਡੀ ਰਾਂਝਾ ਬਣਿਆ ਪਿਆ। ਕੀ ਉਹਨਾਂ ਸੱਚਾ ਪਿਆਰ ਹੋ ਗਿਆ? ਕੀ ਹੋ ਗਿਆ? ਉਹ ਮੈਨੂੰ ਉਹਨਾਂ ਸੱਚਾ ਪਿਆਰ ਹੋ ਗਿਆ। ਸਾਲਿਆ ਤੰਦ ਕੱਢੀ ਜਾਂਦਾ ਆਸਾਨ ਆ ਯਾਰ। ਹਸਲਾ ਹਸਲਾ। ਬਿੱਲੂ ਉਸਤਾਦ ਨੂੰ ਕਿਹਾ ਸੀ ਮੈਨੂੰ ਕੋਈ ਅਟੈਚ ਬਾਥਰੂਮ ਵਾਲਾ ਕਮਰਾ ਦੇ ਦੇਵੋ। ਪਹਿਲਾਂ 2 ਘੰਟੇ ਲਾ ਕੇ ਟੋਇਲਟ ਲੱਭਿਆ, ਹੁਣ ਕਮਰਾ ਲੱਭਦੇ ਨੂੰ ਪੂਰੇ 2.5 ਘੰਟੇ ਹੋ ਗਏ ਨੇ। ਜਦੋਂ ਨੂੰ ਕਮਰਾ ਲੱਭੂਗਾ ਉਦੋਂ ਨੂੰ ਪਿਸ਼ਾਬ ਦਾ ਫਿਰ ਜ਼ੋਰ ਪੈ ਜਾਣਾ। ਮੈਂ ਤਾਂ ਆਹੀ ਫੇਰੇ ਤੋਰੇ ਨੇ ਮਾਰ ਲਿਆ, ਮੇਰੀ ਤਾਂ ਸਾਰੀ ਰਾਤ। ਚੁੱਪ ਰਹੀ ਬਸ, ਚੁੱਪ ਰਹੀ। ਇੱਕ ਹਵੇਲੀ ਦੀ ਭੂਲ ਭਲਈਆ ਮੇਰੇ ਸਮਝ ਨਹੀਂ ਆਉਂਦੀ, ਮੈਂ ਹਵੇਲੀ ਤੇ ਹੈਰਾਨ ਆ। ਬਿੱਲੋ ਨਾਮ ਹੈ ਮੇਰਾ। ਉਸਤਾਦ ਜੀ, ਇੱਧਰ ਮੂੰਹ ਕਰ। ਉਸਤਾਦ ਜੀ, ਕਿਹਨੂੰ ਕੱਲਾ ਕੱਲਾ ਗਾਲਾਂ ਕੱਢ ਰਿਹਾ? ਮੈਂ ਕਿਹਨੂੰ ਗਾਲਾਂ ਕੱਢਣੀਆਂ ਨੇ ਜੀ? ਮੈਂ ਤਾਂ ਗਾਲਾਂ ਖਾਣ ਦਾ ਸ਼ੌਕੀਨ ਆ ਜੀ। ਕੱਢੋ। ਬਕਵਾਸ ਨਾ ਕਰ, ਜਲਦੀ ਨਾਲ ਜਾ ਕੇ ਆਪਣੇ ਕਮਰੇ ਚੋਂ ਤੇਲ ਦੀ ਬੋਤਲ ਲੈ ਕੇ ਮੇਰੇ ਕਮਰੇ ਚ ਆ ਜਾ। ਉਹ ਕਿਉਂ ਜੀ? ਮਾਲਿਸ਼ ਕਰਵਾਣੀ ਹੈ। ਪਰ ਮੈਨੂੰ ਤਾਂ ਕੁਝ ਦਿਖਾਈ ਨਹੀਂ ਦਿੰਦਾ ਜੀ। ਤਾਂ ਹੀ ਤਾਂ ਤੇਰੇ ਕੋਲੋਂ ਕਰਵਾਣੀ ਹੈ। ਜਲਦੀ ਜਾ ਤੇ ਬੋਤਲ ਲੈ ਕੇ ਆ ਜਾ ਮੇਰੇ ਕਮਰੇ ਚ। ਅੱਛਾ, ਤੇਲ ਮਿੱਟੀ ਦਾ ਹੋਵੇ ਜਾਂ ਸਰੋਂ ਦਾ ਜੀ? ਅੱਗ ਲਾਣੀ ਹੈ, ਮਾਲਿਸ਼ ਕਰਵਾਣੀ ਹੈ, ਸਰੋਂ ਦਾ ਲੈ ਕੇ ਆ। ਕਮਾਲ ਦੀ ਗੱਲ ਹੈ ਉਸਤਾਦ ਨੂੰ ਕੀ ਹੋ ਗਿਆ? ਮੈਂ ਤਾਂ ਉਸਤਾਦ ਤੇ ਹੈਰਾਨ ਆ। ਹੈਲੋ ਬਿੱਟੂ, ਕਿੱਥੇ? ਮੈਂ ਇੱਥੇ ਹੀ ਆ, ਤੂੰ ਕਿੱਥੇ ਆ?
मैं छत पे। अच्छा आया। ओके। हाँ भाई। फिर क्यों है? तू गुस्से तो नहीं? मैं को गुस्से होना तेरे ना कदे भी नहीं। पक्का? पक्का। अच्छा छट सारी गल कल पता की है करवा चौथ। ओ हाँ पर मैं व्याह तो पहला व्रत नहीं रखना। तू ना रख पर मैं तेरे लिए व्रत रखूंगा। गुड जोक बिट्टू तू क्यों रखेगा व्रत? क्योंकि सारी जिंदगी तेरे मुंह से अपना नाम सुनना चाहना। जुगनू बिट्टू जुगनू। सॉरी वीरे प्लीज प्लीज दसी ना किसी नू प्लीज प्लीज। कौन कौन उस्ताद जी? साला भुलेखे ही पौंदा रहिंदा। चल चलिए। ओ मैनु कोई बिल्लू उस्ताद दे कमरे तक ता छड्डे आओ। हैं आज तनहा हूं कोई पहचानता नहीं। कल देख मंडी थी सारी कहते मैनु पा दे मैनु पा दे मैनु पा दे। उस्ताद जी आ मैनु की अद्धी रात नु बिपता पाती मैं तुड़ते रहना। पठानकोट जिड्डा शरीर है मैनु ता मालिश करदे करदे नु सवेर हो जानी है। उस्ताद जी उस्ताद जी दरवाजा खोलो। आया। उस्ताद जी हाँ की मौत पैगी अद्धी रात नू तैनू। उस्ताद जी तेल लेके आया सरों दा। साले मैं तेल दे दीवे बाल ले मैं तेल दा की करना है। उस्ताद जी हुण तां तुसी गार्डन च कहा सी मैं मालिश करनी है। हाय ओए मेरे रब्बा मैं साले 3 घंटे तो अंदर सुता पिया मैं तैनू गार्डन च कित्थे मिल गया। मैं गोली मार के उड़ा देना है तेनू। उस्ताद जी मैं थोड़े होश उड़ा रहा सी तुसी मेरे होश उड़ा रहे हो मैं थोड़े ते हैराना। तू गल दस गल की है? उस्ताद जी तुहाडे राज दे विच आशकी हो रही है। आशकी? सब नु पता है मेरे राज च आशकी नॉट अलाउड है। फिर किस दी हिम्मत पै गई है आशकी करन दी? बिट्टू दी। हां कुड़ी लेके बाहर बैठा सी। कुड़ी? केड़ी कुड़ी? उस्ताद जी मैनु केड़ा कुछ दिखाई देंदा है वो मैं ता आवाज सुनी आवाज। हाय हाय फिर तन्नू किवें पता लग्या कि वो बिट्टू सी? उस्ताद जी मैं अन्ना बोला नहीं वो कुड़ी बार बार कह रही सी बिट्टू बिट्टू। जे खबर सच्ची है ता समझ ले बिट्टू दी खैर नहीं। उस्ताद जी बिट्टू दा कुछ करन तो पहला आपां नू उस कुड़ी दा पता करना चाहिंदा है। हां कुड़ी दा पता ता बिट्टू आप दसेगा। रात एक कुड़ी दे नाल आशकी कर रहा सीगा मेरे रात च आशकी। बिल्लू भाई दे रात च आशकी नहीं आशकी मारता है। आशकी तेरी हिम्मत किवें बिल्लू उस्ताद दे रूह तोड़न दी? बिल्लू उस्ताद तो डर नहीं लगता? बस कर डर नहीं लगता तेनू? तेरी हिम्मत कितना हुई? ओए ओए नाक ते ढिल्ला खाई दा गल सुन ए तो पासे ही पुट्ठा पै गया किते तेरी खबर गलत ता नहीं? नहीं उस्ताद जी यही बंदा सी हुणे की करी जांदा मैं ते हैरान। ओए बस कर बस कर ओ चल बस कर बस कर। हां बाकी असी आप कुट लांगे तू जा। झूठिया खबरां देंदा शरीफ आदमी नू बदनाम करदा तू दस क्यों नू बदनाम कर रहा सी? नहीं उस्ताद जी उस थिरे दा चलाक बंदा है मैं अपने इन्हां कन्नां नाल सुनिया यही सी। उस्ताद जी जे तुसी इहनू रंगे हत्थी फड़ना ना तां अज इहने उस कुड़ी दा करबा चौथ दा वर्त रख्या अज दोवें छत ते मिलणगे। हां तां मैनू केड़े छत ते नहीं चढ़ना आंदा मैं भी उहनू उत्थे ही मिलांगा। हां
वाह, आज मैं पहली बार एक चंद नू दूजे चंद देख के खड़ा देख रहा। वो चंद ते निकल आया, जे किते आ चंद मुखड़ा दिखा दे तां मैं वर्त तोड़ा। वर्त नहीं तोड़ेगा तू, दम तोड़ेगा। हाँ, दम तोड़ेगा। फड़ लेनू। नहीं, नहीं बिलुस्तान, नहीं, नहीं, नहीं। मेरे राज्य आज की नॉट अलाउड है, पर तू करन दी जुर्रत की थी, गोली तो तेरे वजेगी। माफ कर दो बिलुस्तान, मैं तो सवेरे पानी भी नहीं पीता। कोई गल नहीं, असी पलावांगे तैनू। गोली आला पत्ता, गोली आला पत्ता। चल छड़ दो इनू, नच के दिखा। नच के? मैनू तो नचना नहीं आता, तुसी थोड़ा नच दो, मैं कॉपी कर लूंगा। ठीक है। हाँ, तू बिल्लू बकरे नू बेवकूफ बना रहा? नहीं है? नहीं नहीं, हुण तां गोली जरूर बजेगी। नच छेती। बचाने बाल मां, बचाने बाल मां, खाली बेकाले नाग ने। बस जी, गोली तो हुण भी बजेगी। हुण क्यों बजू जी? इंज इंज तक करके नहीं दिखाया। डैडी? इस तरह? हाँ। डैडी, एक ही कर रहे हो, सेट ते खून खराबा करोगे ते पिक्चर की में पूरी होगी। पिक्चर पूरी होवे ना होवे, पर ए पूरा जरूर होवेगा। डैडी, इनू ते आपा 20 दिन बाद भी मार सकते हैं, पर जे शूटिंग रुक गई ते बेवजह नुकसान अपना ही होएगा। गलता तेरी 16 अन्ने सही है, आपा पहले फिल्म पूरी कर लेंदे, इनू बाद पूरा कर लांगे। पर तू इत्थे किवें आई? किते तेरा ते अदा। डैडी, एक ही कह रहे हो तुसी, मैं थोड़ा खून हां? ताही ता शक पैंदा है। गल सुना, जे दोबारा मैं तैनू आशकी करते देख लिया ता मैं फिल्म दी परवाह नहीं करनी, सीधा कतल करना है, फिर ना कहीं भी दस्या नहीं। चलो चलिए। ओए ओए, छेती करो छेती, महीना हो गया सच दिखे नू, ते तुसी हुण चक रहे हो, मैं थोड़े ते हैरान आ यार। चलो चलो, जल्दी करो जल्दी करो, चल चल माई जल्दी कर। अखियां 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 नी मैं बड़ियां साम के रखियां। कटरीना जी, तुसी हाल तक तैयार नहीं होए, मैं थोड़े ते हैरान आ। जुगनू जी तुसी चलो, मैं आनी हां। थोड़ा जल्दी आ जायो, शॉट रेडी है जी। टा 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 डा 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 डा। ओए ट्रैक्टरा, ओए ट्रैक्टरा, वो सेट दे उत्ते दो दो कीर्ता। ਇਹ ਨਾ ਹੋਇਆ ਫਿਰ ਤਾਂ ਕਿਹੜੀਆਂ ਦੋ ਕੀਤਾ? ਉਹ ਖੀਰੇ ਤਾਂ ਵਿਕਰਮ ਹੈ, ਬਕਵਾਸ ਕਰੀ ਜਾਣਾ। ਓਏ ਹੋਏ, ਇੱਕ ਇੱਥੇ ਸ਼ੂਟਿੰਗ ਕਰੀ ਹੈ ਤੇ ਦੂਜੀ ਮੇਕਅਪ ਰੂਮ 'ਚ ਹੈ। ਜਾ ਚਲਾ ਜਾ, ਅੱਗੇ ਸੀਨ ਨਹੀਂ ਹੋ ਰਿਹਾ, ਮੈਂ ਤੇਰੇ ਥੱਪੜ ਮਾਰਨਾ। ਚੱਲ ਬਾ ਜਾ ਇੱਥੋਂ। ਓਏ 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 ਬਿੱਟੂ, ਬਿੱਟੂ ਬਿੱਟੂ ਦੇਖ, ਬਿੱਟੂ ਮੈਂ ਤੇਰੇ ਸਾਹਮਣੇ ਆ। ਆ ਫੇ ਪਿੱਛੇ ਹੋ ਜਾ। ਓਏ ਮੇਰੀ ਗੱਲ ਤਾਂ ਸੁਣੋ, ਓਏ ਸੈੱਟ ਦੇ ਉੱਤੇ ਦੋ ਦੋ ਕੀਰਤਾਂ ਨੇ, ਦੋ ਦੋ ਕੀਰਤਾਂ। ਫਿਰ ਘਰੇ ਲੈ ਜਾ, ਐਵੇਂ ਰੌਲਾ ਪਾਇਆ। ਹਸੀ, ਓਏ ਮੇਰਾ ਕੋਈ ਯਕੀਨ ਕਿਉਂ ਨਹੀਂ ਕਰਦਾ, ਬਹੁਤ ਵੱਡੀ ਗੜਬੜ ਆਈ ਯਾਰ, ਮੈਂ ਤੁਹਾਡੇ ਤੇ ਹੈਰਾਨ ਆ। ਕੀ ਹੋ ਗਿਆ? ਕਿੱਥੇ ਚੱਲੇ ਸਾਰੇ ਜੁਗਾ ਚੱਲੇ? ਓਏ ਬਣਾ ਵਰਤ ਗਿਆ। ਹੈ ਉੱਤੇ ਵੀ ਕਿਰਤ, ਥੱਲੇ ਵੀ ਕਿਰਤ। ਮੈਨੂੰ ਤਾਂ ਆਪ ਨਹੀਂ ਪਤਾ ਯਾਰ, ਮੇਰੇ ਤਾਂ ਆਪ ਸਮਝ ਤੋਂ ਬਾਹਰ ਆ, ਇਹ ਤਾਂ ਹੁਣੇ ਆਪਣੇ ਨਾਲ ਸੀ ਯਾਰ। ਇਹਦਾ ਮਤਲਬ ਕਿਰਤ ਪਹਿਲੇ ਤਾਂ ਨਹੀਂ ਮਰ ਗਈ ਸੀ? ਆਹ ਹੋਈ ਕੀ ਜਾਂਦਾ ਯਾਰ, ਤੇ ਆਪਾਂ ਭੂਤ ਨਾਲ ਸ਼ੂਟਿੰਗ ਕਰਦੇ ਰਹੇ। ਉਹ ਕੰਜਰ ਦੇ ਭੂਤ ਹੈ, ਭੂਤ ਸਾਰੇ ਮੇਰੇ ਵੱਲ ਕਿਉਂ ਆ ਰਹੇ?
ਨਹੀਂ ਤੇ ਗੋਲੀ ਮਾਰ ਦਾਂਗਾ। ਓਏ ਕਿਹਦੇ ਪਿਓ ਦੀ ਓਲੰਪਿਕ ਚ ਹਿੱਸਾ ਲੈਣ ਜਾ ਰਹੇ ਹੋ? ਉਸਤਾਦ ਜੀ ਭੂਤ ਸਲੇ ਤੈਨੂੰ ਮੈਂ ਭੂਤ ਲੱਗਦਾ ਹੈ? ਭੂਤ ਨਹੀਂ ਦਿਆ ਉਸਤਾਦ ਜੀ, ਤੁਸੀਂ ਭੂਤ ਨੇ ਆਪਣੀ ਫਿਲਮ ਦੀ ਹੀਰਨ ਭੂਤ। ਉਹ ਤਾਂ ਸਭ ਨੂੰ ਪਤਾ ਹੈ ਕਿ ਉਹ ਭੂਤ ਹੈ, ਉਹ ਸੱਚੀ ਦੀ ਭੂਤ, ਫਿਲਮ ਵਾਲੀ ਭੂਤ ਨਹੀਂ। ਹਾਂ ਡੈਡੀ, ਕਿਰਤ ਤਾਂ ਪਹਿਲੇ ਦਿਨ ਹੀ ਸੈੱਟ ਥੱਲੇ ਆ ਕੇ ਮਰ ਗਈ ਸੀ ਤੇ ਅਸੀਂ ਉਹਦੇ ਭੂਤ ਨਾਲ ਸ਼ੂਟਿੰਗ ਕਰ ਰਹੇ ਹਾਂ। ਯਾਨੀ ਕਿ ਅਸੀਂ ਅਸਲੀ ਭੂਤ ਨਾਲ ਭੂਤਾਂ ਵਾਲੀ ਫਿਲਮ ਬਣਾਉਂਦੇ ਰਹੇ? ਹਾਂ ਜੀ। ਹੋ ਹੀ ਨਹੀਂ ਸਕਦਾ। ਹੋ ਗਿਆ ਉਸਤਾਦ ਜੀ, ਨਹੀਂ ਯਕੀਨ ਤਾਂ ਜਾ ਕੇ ਦੇਖ ਲਓ ਦੀ ਲਾਸ਼। ਚਲੋ ਫਿਰ ਤੁਸੀਂ ਜਾਓ, ਫਿਰ ਆਪਾਂ ਇੱਥੇ ਵੇਟ ਕਰਦੇ ਹਾਂ। ਨਹੀਂ ਨਹੀਂ ਨਹੀਂ, ਤੁਸੀਂ ਸਾਰੇ ਮੇਰੇ ਨਾਲ ਚੱਲੋ ਚੁੱਪਚਾਪ, ਮੈਨੂੰ ਕੱਲੇ ਨੂੰ ਡਰ ਲੱਗਦਾ ਭੂਤਾ ਤੋਂ। ਉਸਤਾਦ ਜੀ ਕਿਉਂ ਮਰਵਾਉਣੇ, ਮੈਂ ਤੁਹਾਡੇ ਤੇ ਹੈਰਾਨ ਆ। ਮੈਂ ਤੇਰੇ ਕੰਨ ਤੇ ਮਾਰਾਂਗਾ, ਅੱਗੇ ਅੱਗੇ ਤੁਰ। ਮੈਨੂੰ ਦਿਖਾਓ, ਐਵੇਂ ਝੂਠ ਮਾਰਦੇ ਆ ਤੁਸੀਂ? ਕਿੱਥੇ ਲਾਸ਼? ਕੋਈ ਲਾਸ਼ ਲੂਸ਼ ਨਹੀਂ ਹੈ, ਐਵੇਂ ਬਕਵਾਸ ਕਰਦੇ ਹੋ ਤੁਸੀਂ? ਕਿੱਥੇ ਹੈ? ਕਿੱਥੇ ਹੈ ਲਾਸ਼? ਲੈ ਕਿੱਥੇ ਹੈ ਲਾਸ਼? ਪੱਥਰ ਪਏ ਹੈ, ਬੇਵਕੂਫ। ਹੁਣੇ ਤਾਂ ਇੱਥੇ ਸੀ ਜੀ, ਕਿਸੇ ਨੂੰ ਕੋਈ ਪੁੱਛ ਲਓ। ਹੈਰਾਨ ਆ ਜੀ, ਮੇਰੀਆਂ ਅੱਖਾਂ ਕਦੇ ਧੋਖਾ ਨਹੀਂ ਦੇ ਸਕਦੀਆਂ, ਉਹ ਵੀ ਦਿਨੇ। ਪਈ ਤਾਂ ਜੀ ਤਾਂ ਪੈਸੇ ਆਪਾਂ ਸਾਰਿਆਂ ਨੇ ਦੇਖਿਆ। ਹਾਂਜੀ, ਮੈਂ ਲਾਸ਼ ਦਾ ਜੇਠ ਲੱਗਦਾ ਜਿਹੜੀ ਮੈਨੂੰ ਦੇਖ ਕੇ ਸ਼ਰਮਾ ਰਹੀ ਹੈ। ਬਿੱਟੂ ਮੈਂ ਕਹਿੰਦਾ ਇੱਦਾਂ ਰਾਹ ਚੁੱਪ ਚਾਪ, ਨਹੀਂ ਤਾਂ ਤੇਰਾ ਪੂਤ ਮੈਂ ਕੱਢ ਦਾਂਗਾ। ਮੈਨੂੰ ਪਤਾ ਹੈ ਤੂੰ ਫਿਲਮ ਛੱਡ ਕੇ ਭੱਜਣਾ ਚਾਹੁੰਦਾ ਹੈ। ਕਿੱਥੇ ਲਾਸ਼? ਹੈਂ ਸਲੇ ਡਰਾਈ ਦਿੱਤਾ ਸੀਗਾ, ਮੈਂ ਪੁੱਛਦਾ ਲਾਸ਼ ਕਿੱਥੇ ਹੈ? ਉਹ ਦੇਖੋ ਇਹ ਲਾਸ਼ ਹੈ, ਇਹ ਤਾਂ ਕੀ ਰਹਿ ਹੈ। ਇਹ ਤਾਂ ਵਿਚਾਰੀ ਸੱਚੀ ਮਰ ਗਈ। ਲਾਡੀ 50 ਲੱਖ ਰੁਪਈਆ ਇਹਦੇ ਘਰ ਪਹੁੰਚਾ ਦੇ ਵਿਚਾਰੀ ਦੇ ਤੇ ਬਿੱਟੂ ਦੇ ਖਾਤੇ ਚ ਲਿਖ ਦੇ। ਫਿਲਮ ਕਿੰਨੀ ਕੁ ਬਣ ਚੁੱਕੀ ਹੈ? ਅਜੀ 90% ਹੋ ਗਈ ਹੈ, 5-4 ਸੀਨ ਰਹਿ ਗਏ ਬਸ। ਇਹ ਜਿਹੜੀ 10% ਰਹਿ ਗਈ ਹੈ ਨਾ, ਇਹਨੂੰ ਵੀ ਛੇਤੀ ਪੂਰੀ ਕਰੋ, ਨਹੀਂ ਤੈਨੂੰ ਪਤਾ ਹੀ ਹੈ ਤੇਰੇ ਕਿੰਨੇ ਟੁਕੜੇ ਕਰਾਂਗਾ। 50 ਲੱਖ ਤਾਂ ਹੁਣ ਹੀ ਐਡ ਹੋਏ ਹੈ। ਹੀਰੋ ਤਾਂ ਮਰ ਗਈ, ਹੁਣ ਮੈਂ ਕਿੱਦਾਂ ਫਿਲਮ ਪੂਰੀ ਕਰਾਂ? ਜਿੱਦਾਂ ਮਰਜ਼ੀ ਪੂਰੀ ਕਰ, ਤੂੰ ਮੇਰੇ ਬਹੁਤ ਪੈਸੇ ਲਵਾ ਚੁੱਕਾ। ਪੈਸੇ ਲਵਾ ਚੁੱਕਾ ਮੈਂ ਕੀ ਕਰਾਂ ਜੇ ਪੈਸੇ ਲਵਾ ਚੁੱਕਿਆ? ਕਰ ਲਓ ਜੋ ਕਰਨਾ, ਮੈਂ ਨਹੀਂ। ਬਸ ਬਸ ਹੁਣ ਮੈਨੂੰ ਗੁੱਸਾ ਆ ਰਿਹਾ, ਜੇ ਹੁਣ ਪੁੱਲੂ ਦੇ ਮਾਰਿਆ ਨਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ। ਮੇਰੇ ਮਾਰਿਆ ਠੀਕ, ਪੁੱਲੂ ਨੇ ਮਾਰਿਆ ਠੀਕ, ਜੇ ਜੁਗਨੂ ਨੇ ਮਾਰਿਆ ਨਾ ਬਸ ਫਿਰ। ਹੋਰ ਦੱਸ, ਹੋਰ ਹੈ ਕੋਈ ਗੱਲ? ਸੁਣੋ ਸਾਰੇ ਜਣੇ ਕੰਨ ਖੋਲ ਕੇ, ਚੁੱਪ ਚਾਪ ਆਪਣੇ ਆਪਣੇ ਕਮਰਿਆਂ 'ਚ ਚਲੇ ਜਾਓ। ਜੇ ਕਿਸੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਨਾ ਤਾਂ ਉਹਨੂੰ ਮੈਂ ਭਜਾ ਕੇ ਹੀ ਮਾਰਾਂਗਾ। ਚਲੋ ਸਾਲਿਆ, ਜੇ ਪਿਓ ਨੂੰ ਕੁਝ ਕਹਿਣਾ ਹੀ ਨਹੀਂ ਸੀ ਸਾਡੇ ਕੋਲ ਥੱਪੜ ਮਰਵਾਤੇ ਹੋਏ। ਅੱਖ ਚੁੱਕ ਕੇ ਗੱਲ ਕਰਨ ਲਈ ਸਾਲਿਆ, ਮੇਰੇ ਕੱਲੇ ਦੇ ਪੈਂਦੀਆਂ ਨਾ ਤੁਸੀਂ ਜੀ ਨਹੀਂ ਦੇਣਾ ਸੀ, ਟੀਚਰਾਂ ਮਾਰ ਮਾਰ ਕੇ ਜੀਣਾ ਹਰਾਮ ਕਰ ਦੇਣਾ ਸੀ। ਚੱਲ ਚੱਲੀਏ। ਇਹ ਬੰਦਾ ਕੀ ਹੈ ਯਾਰ? ਤੂੰ ਮੇਰਾ ਰਾਖਾ ਆਈ, ਤੂੰ ਮੇਰਾ ਰਾਖਾ ਸਭਨੀ ਥਾਈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਬਹਿ ਜਾ ਯਾਰ, ਅੱਗੇ ਡਰਨਾ ਬਾਬਾ ਸੀਰ ਹੋਈ ਪਈ ਆ, ਤੂੰ ਹੋਰ ਡਰਾਈ ਜਾਂਦਾ। ਸਹੀ ਗੱਲ ਆ, ਦੁਖੀ ਕੀਤਾ ਪਿਆ ਯਾਰ, ਇੱਥੇ ਭੂਤ ਆ ਉੱਥੇ ਭੂਤਰਾ ਤੇ ਬਿੱਲੂ ਬਾਈ। ਓਏ ਮੇਰੇ ਡੈਡੀ ਭੂਤ ਨਾਲ ਨਹੀਂ ਯਾਰ, ਫਿਲਮ ਦੀ ਟੈਨਸ਼ਨ ਬੜੀ ਆ, ਕੀ ਕਰਾਂ। ਅੱਛਾ ਫਿਲਮ ਕਰਕੇ ਪਰੇਸ਼ਾਨ ਹੋ? ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ। ਕੀ? ਤੁਸੀਂ ਫਿਲਮ ਨੂੰ ਇੱਥੇ ਹੀ ਬੰਦ ਕਰ ਦਿਓ ਤੇ ਫਿਲਮ ਦੇ ਐਂਡ 'ਚ ਲਿਖ ਦਿਓ 2 ਵੀ ਕੰਟੀਨਿਊ, ਜੇ ਫਿਲਮ ਹਿੱਟ ਹੋ ਗਈ ਤਾਂ ਪਾਰਟ 2 ਬਣਾ ਦਿਓ। ਓਏ 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 ਤੂੰ ਕੁੱਟ ਖਾਣੀ ਯਾਰ ਮੇਰੇ ਤੋਂ ਯਾਰ। ਕਮਾਲ ਦੀ ਗੱਲ ਹੈ, ਮੈਂ ਤੁਹਾਡੇ ਫਾਇਦੇ ਦੀ ਗੱਲ ਕਰਦਾ, ਤੁਸੀਂ ਮੈਨੂੰ ਕੁੱਟਣ ਦੀਆਂ ਗੱਲਾਂ ਕਰਦੇ, ਮੈਂ ਤੁਹਾਡੇ ਤੇ ਹੈਰਾਨ ਆ। ਇੱਕ ਮਿੰਟ, ਆਈਡੀਆ ਆਇਆ ਕਿ ਦਿਮਾਗ 'ਚ, ਕਿਉਂ ਨਾ ਆਪਾਂ ਫਿਲਮ ਦਾ ਐਂਡ ਚੇਂਜ ਕਰ ਦਈਏ, ਕਿਰਤ ਦੀ ਆਤਮਾ ਦੂਜੀ ਕੁੜੀ 'ਚ ਵਾੜ ਕੇ ਉਹਨੂੰ ਭੂਤ ਬਣਾ ਦਿੰਦੇ ਹਾਂ, ਨਵੀਂ ਹੀਰੋਇਨ ਲੈ ਕੇ ਫਿਲਮ ਖਤਮ ਕਰ ਦਿਆਂਗੇ। ਓ ਵਾਓ ਪੁੰਨੂ, ਤੂੰ ਤਾਂ ਕਮਾਲ ਕਰਤਾ। ਨਹੀਂ ਵੈਸੇ ਤੂੰ ਸਪੋਟ ਬਾਏ ਲੱਗਦਾ, ਪਰ ਪਹਿਲੀ ਵਾਰੀ ਤੂੰ ਡਾਇਰੈਕਟਰ ਵਾਲੀ ਗੱਲ ਕੀਤੀ। ਕਿਉਂ ਹੰਸੀ? ਬਿਲਕੁਲ ਸਹੀ, ਪਰ ਮੈਨੂੰ ਇਹ ਗੱਲ ਦੱਸੋ ਸਾਡੀ ਨਵੀਂ ਹੀਰੋਇਨ ਕੌਣ ਹੋਊਗੀ? ਤੂੰ? ਮੈਂ ਹੀਰੋਇਨ? ਹਾਂ
मैं हीरोइन नहीं बन सकती। क्यों नहीं बन सकती? मन्या तू इतनी सोहनी नहीं पर चड़ेला है जे हुंदियां ते पूत तेरे वर्गे है ना। हंसी सही कह रहा है। की मतलब मजाक कर रहा तू? वाकई तू तो सोहनी बड़ी मोहने देखिया। तू हीरोइन बन सकती मेरे एंगल तो देख। नहीं पुन्नू ये एक्टिंग वैक्टिंग मेरे को नहीं होनी। प्लीज मैनू इन्हां चक्करां च ना पाओ। हंसी इदां ना कर प्लीज। देख मेरी फिल्म पूरी करा दे वरना तेरे डैडी दा तेनू पता ही है। प्लीज मान जा। हाँ हंसी प्लीज मान जा ना यार। सिर्फ पांच चार सीना दी गल है नहीं तो तेरे प्यो ने सानू मार देना। हाँ प्लीज ठीक है। लग गया साहब। हैं? ओए होई की जांदा है? ओ तुसी चुप कहतो यार मैं थोड़े ते हैरान हां। हाय रब्बा तेनू हनेरे तो डर नहीं लगता? नहीं जब तू मेरे नाल फिर किस गल दा डर? मेरे डैडी कोलो भी नहीं? नहीं मेरा ते तो दूर जानदा भी नहीं। दूर होण ही नहीं दूंगा। कोई देख लेगा। देखन दे डैडी वेख लेंगे जिस दिन टाइम आऊगा ना उस दिन तेरे डैडी दे सामने तेरा हाथ फड़ के ले जूंगा। बिट्टू तू मैनू कितना प्यार करता है महसूस करके देख। मैं तो किसी तो डरता ही नहीं। नॉनसेंस हाँ विक्की रेडी आए ना मेकअप देखो यार लाइनर यार करवाओ इनू पोजीशन दे इनू। आ की होया तेरी माँ दा सिर होया स्पॉट कॉफी बुलाओ इनू मिठा घट रखियो। ओह हाय रेडी? हाँ जी। ब्यूटीफुल यार की करना बस पोजीशन लो शुरू कर दे हैं। गुड लक। थैंक्स। सोनी लग रही है ना ऊपर आवाज सीन करन दे। हाँ जी रेडी 59:7 टेक वन रोल साउंड कैमरा एक्शन। किरत ओ यार होर कर लो पंजाब शूटिंग इथे लैट तां रहंदी नहीं यार जनरेटर ऑन करा। रेडी मूर्च आजा मूर्च एक्शन। किरत किरत ओ गॉड पत्ते किधर आ गया यार ये की हो रहा की हो रहा यार। रेडी करा दोबारा यार साला सवेर दा पता नहीं मुंह किधर देखिया एदे ही देखिया यार हुण तू शीशे दा खड़ा छड़ दे। रोल साउंड टेक 3 एक्शन। तीरत तू दिल छोटा ना कर मैं तेरे नाल हां। मैं फिल्म नहीं बनन देंगी। इस फिल्म ले
मैं अपनी जान देती है। सुन लिया तुसी लोका ने, मैं फिल्म नहीं बनन देंगी। ये फिल्म हुन मेरे नाल ही बनेगी। नहीं बनन देंगे फिल्म, नहीं बनन देंगे, नहीं बनन देंगे। ओए ओए वो की हो गया? ओए पानी लेके ओए हंसी, 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 ठीक है ना तू? हंसी, सपोर्ट, पानी ले आओ। मैं इत्थे किद्दां आ गई? ते तुसी लोग शूटिंग क्यों नहीं कर रहे? हंसी बेटा, मैं ये फिल्म नहीं करनी। सच्ची मैं ये फिल्म नहीं करनी। डैडी पर होया की है? कोई कुछ दसेगा मैनू? हंसी, तेरे च कीरत दी आत्मा आ गई सी। ओह माय गॉड, ये सब मेरी जिद दी वजह तो होया, मेरी जिद दी वजह तो। जे आज मेरी तीन नु कुछ हो जाता, मैं तो अपने आप नु कदे भी माफ नहीं कर सकना सीगा। बेटा मेरी तौबा, मैं फिल्म नहीं बनानी, प्लीज। नहीं बिल्लो जी, हुणे फिल्म जरूर बनेगी, ते ओ भी कीरत दे नाल ही बनेगी। तेरा दिमाग खराब हो गया? कौन करेगा भूत नाल शूटिंग है? तू देखा नहीं हुणे की हालत कर दिती है मेरी धी दी? और हुनो कुछ नहीं कहेगी। बिट्टू, तू इन्ना वड़ा रिस्क क्यों ले रहा? जब तू डैडी नू फिल्म बंद करन तो कोई इतराज नहीं, कोई प्रॉब्लम नहीं, देन वाई क्यों? हंसी, कट्टो कट तेनू ते सोचना चाहिए। तेरी तो सहेली सी, मैं महसूस किया उहदी आवाज च दर्द। मैनू लगता है जब तक फिल्म नहीं बनेगी उहदी आत्मा नू शांति नहीं मिलनी। सानू ना गल करनी चाहिए है। कौन करेगा उदे नाल गल? तू करेगा है? हुण जवाब क्यों नहीं देंदा? जुबान क्यों बंद हो गई है तेरी? बोल। हाँ, मैं करूंगा उन्हें गल। चलते हैं, सवेरे आवांगे 10-11 बजे। दिने दिने रात बहुत यार, चलिए। मन्ना मेरी गल यार, यहां से ना चलिए। चल चलिए। ओए ओ बिट्टू, बिट्टू ना जा, पागल है यार तू। बिट्टू कितने जाइए ना, रुक जा फिर। बात बात मैनू ना कहीं फिर। दूर हो जाओ मेथों, तुसी सारे आने मेरे नाल धोखा कीता। नहीं किरत, हंसी नू हीरोइन बनाउण दा आइडिया मेरा सी। तू जो गुस्सा करना मेरे ते कट, मैं तेरा गुनेगार हां। किरत नेड़े ना जा, मैं जो कुछ कह रहा तेरा डर नहीं, तेरा हक है, ते मैं चाहना कि तेनू तेरा हक जरूर मिले। प्लीज मान जा। हाँ किरत, प्लीज मान जा, असी भी तेरे वर्गी चंगी एक्ट्रेस दे नाल नाल चंगी दोस्ती गवाना चाहते। प्लीज मान जा। मैं भी तुहानू दोस्ती समझिया सी, मैं भी चाहनी हाँ फिल्म पूरी होवे। किसी का नुकसान करके मैनू की मिलना है? ये फिल्म पूरी हो जाए ता ही मेरी आत्मा नु मुक्ति मिलेगी। मेरे ते विश्वास कर, मैं फिल्म पूरी करूंगा। मैं तुसी ये मूवी पूरी करो, मैं तुहाडे नाल। देखा एवं डरी जांदा ही, क्या ही तेनू मैं? किरत अपनी दोस्त आ यार, आपां नु कुछ नहीं कहना उन्हें। देख लिया, लो जी असली हीरोइन तैयार है, बुलाओ हीरो नु। मैं एक्टर नहीं बनना, मैं एक्टर नहीं बनना, मैं वाइफ करने का यार, मेरी जल्दी हो, मैं एक्टर नहीं।
डरना भरा कुछ नहीं कहती शाबाश शाबाश रेडी करो कैमरा जल्दी करो रेडी वेरी गुड बकरा फिल्म्स डूमर सज्जना 63 शॉट 11 टेक 1 एक्शन मैं नहीं करना यार मैं समझ नहीं आ रही शूटिंग किवें होएगी पता नहीं यार मैं बंदा मारना जल्दी करो यार तू रेडी है हाँ जी हूं ना भाजी कितने रोल साउंड कैमरा क्लैप एक्शन छोड़ दो मेनू छोड़ दो ओ सीधा खड़ा रह छोड़ दो यार अब मैं एक्टिंग नहीं करनी हां भाई की कर जंदा हीरो शुरू करो यार बकरा फिल्म्स डूमर सजना 63.1 टेक 1 क्लैप किरत तू डरना मैं तेरे नाल हां तेनू मेरे ते विश्वास है ना आपा दोवें मिलके गल करांगे कट ओके वेरी गुड वेरी गुड वेरी गुड बिट्टू तू मेरी किसी दिन जान कट लेनी दोबारा ना कहीं फिर तू भी मैंने दोबारा ना डराई यार मैं की डरना यार मैं तो आप डरिया फिर था पता नहीं अपना ब्याह होगा या नहीं क्यों नहीं होगा अपना ब्याह की कमी है अपने च मैं भी सोनी मुटियार हूं तू भी ठीक ठाक दिखता है ठीक ठाक कोई ना कोई रिश्ता दे ही दूंगा कोई ना कोई है कोई ना कोई है कोई ना कोई है कोई ना कोई कोई ना कोई तू सोनी मुटियार है ते मैं ठीक ठाक दसदा तेनू हां दसदा डैडी हैं ए मैनू डैडी समझंदी है मैं इहदे ते हैरान आ डैडी दा ना सुनदे ही हवा निकल गई हवा ही निकलनी है तेरे डैडी ने मेनू देख लिया ना देखदे गोली मार देनी है ते तेनू तेनू ब्याह तो पहले विधवा दी पेंशन लग जानी है बिट्टू ए की इन ऑप्शन बकी जा रहा दोबारा यहो जी गल ना करी जे तेनू कुछ हो गया ना ते मैं भी उस वेले अपनी जान दे देनी मैं नहीं जीना तेरे बिना मैं तेरे बिना नहीं जीना मैं नहीं जीना तेरे बिना हैं एदा बाप जान लैण नू फिरदा है ते जान देण नू फिरदी है मैं एदे ते हैरान हां ते हुण मैं हैरान करूंगा बिल्लू उस्ताद नू तेरे नाल उमरा दे सांझ जुड़िए नी कुड़िए तेरे नाल उमरा दे सांझ जुड़िए
ਕਰਦਾ ਕੱਲਾ ਚੱਲਾ ਦਿਲ ਗੱਲਾਂ ਕਰਦਾ ਹਰ ਪਲ ਵੇਖੇ ਤੈਨੂੰ ਪਰੇ ਨਹੀਂ ਪਰਦਾ ਤੇਰੀ ਸੋਚਾਂ ਵਿੱਚ ਸਦਾ ਗੁੰਮ ਤੇਰਾ ਸਾਹਸ ਸਾਡੀ ਲਵ ਸਟੋਰੀ ਤਾਂ ਨਹੀਂ ਚੱਲੀ ਤੇਰੀ ਲਵ ਸਟੋਰੀ ਚੱਲੇਗੀ 6 ਵਜਣ ਵਾਲੇ ਨੇ ਮੇਰਾ ਉਸਤਾਦ ਜੀ ਕੋਲ ਪਹੁੰਚਣਾ ਬਹੁਤ ਜ਼ਰੂਰੀ ਹੈ ਹੈ 6 ਵਜਣ ਵਾਲੇ ਨੇ ਇਹ ਇਹ ਵੱਜ ਗਏ 6 ਲੈ ਬਈ ਜੁਗਨੂ ਆ ਵੱਜ ਗਏ 6 ਉਸਤਾਦ ਜੀ ਇੱਕ ਵਾਰੀ ਨਾ ਬਿੱਲੂ ਉਸਤਾਦ ਜੀ ਮਿਲ ਜਾਣ ਫਿਰ ਦੇਖਦਾ ਉਹ ਬਿੱਟੂ ਦੀ ਐਸੀ ਕੀ ਤੈਸੀ ਬਿੱਟੂ ਅੱਜ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੈ ਬਸ ਬਿੱਲੂ ਉਸਤਾਦ ਮਿਲ ਜਾਣ ਮੈਨੂੰ ਹਾਂ ਬਾਈ ਕੀ ਗੱਲ ਹੈ ਉਸਤਾਦ ਜੀ ਮੈਂ ਤੁਹਾਨੂੰ ਉਧਰ ਲੱਭ ਕੇ ਆਇਆ ਤੇ ਤੁਸੀਂ ਇੱਥੇ ਫਿਰਦੇ ਹੋ ਉਸਤਾਦ ਜੀ ਇੱਕ ਬਹੁਤ ਵੱਡੀ ਖਬਰ ਹੈ ਸੁਣੋਗੇ ਨਾ ਉਹ ਬਿੱਟੂ ਨੂੰ ਨਾ ਗੋਲੀ ਮਾਰ ਦੋਗੇ ਤੁਸੀਂ ਜੇ ਮੈਨੂੰ ਖਬਰ ਪਸੰਦ ਨਾ ਆਈ ਫਿਰ ਮੈਂ ਤੇਰੀ ਤੁੰਨੀ 'ਚ ਗੋਲੀ ਮਾਰਾਂਗਾ ਉਸਤਾਦ ਜੀ ਤੁਹਾਡਾ ਕਲੇਜਾ ਫੜ ਜੂਗਾ ਧਰਤੀ ਫੜ ਜੂਗੀ ਹਾਂ ਅਸਮਾਨ ਫੜ ਜੂਗਾ ਤੁਹਾਡੀ ਕੁੜੀ ਬਿੱਟੂ ਨਾਲ ਪਿਆਰ ਦੀਆਂ ਪੀਂਗਾ ਝੂਟ ਰਹੀ ਹੈ ਉਹ ਵੀ ਇੱਕ ਪੀਂਗ ਤੇ ਬੈਠ ਕੇ ਫਿਰ ਤੇਰੇ ਕੀ ਚਲੂਣੇ ਲੜਦੇ ਆ ਹੈ ਜਵਾਨ ਖੂਨ ਹੈ ਆਸ਼ਕੀ ਮਾਰਨਗੇ ਮਾਰਨ ਦੋ ਵੈਸੇ ਵੀ ਬਿੱਟੂ ਬਹੁਤ ਚੰਗਾ ਮੁੰਡਾ ਹੈ ਉਸਤਾਦ ਜੀ ਬਿੱਟੂ ਚੰਗਾ ਨਹੀਂ ਹੈ ਬਿੱਟੂ ਤਾਂ ਇੱਕ ਨੰਬਰ ਦਾ ਕੁੱਤਾ ਬੰਦਾ ਕਮੀਨਾ ਬੰਦਾ ਨਸ਼ੇੜੀ ਹੈ ਕਰੈਕਟਰ ਲੈਸ ਹੈ ਤੁਹਾਡਾ ਤਾਂ ਕੋਈ ਕਰੈਕਟਰ ਲੂਜ ਨਹੀਂ ਜਿਹੜਾ ਉਸਤਾਦ ਜੀ ਬਿੱਟੂ ਦਾ ਕਰੈਕਟਰ ਲੂਜ ਆ ਉਹ ਤਾਂ ਬਦਮਾਸ਼ ਹੈ ਸਮੈਕ ਹੀ ਹੈ ਉਸਤਾਦ ਜੀ ਇੱਕ ਹੋਰ ਸੁਣੋ ਜਿਹੜਾ ਉਹਨਾਂ ਦੇ ਨਾਲ ਨਹੀਂ ਹੈਗਾ ਹਾਂ ਉਹ ਵੀ ਇੱਕ ਨੰਬਰ ਦਾ ਕੁੱਤਾ ਬੰਦਾ ਐਡਾ ਸਿਰ ਹੈ ਇੰਜ ਲੱਗਦਾ ਜਿਵੇਂ ਸਿਰ ਦੇ ਉੱਤੇ ਨਾ ਆਲਣਾ ਪਾਇਆ ਹੋਵੇ ਉਹ ਆਪਦੇ ਆਪ ਨੂੰ ਵੱਡਾ ਡਾਇਰੈਕਟਰ ਸਮਝਦਾ ਐਡਾ ਮੂੰਹ ਤੇ ਅਕਲ ਵਿੱਚ ਇੰਨੀ ਕੁ ਚੋਰ ਸਮੈਕੀ ਆ ਉਹ ਵੀ ਇੱਕ ਨੰਬਰ ਦਾ ਤੂੰ ਸੜਿਆ ਮੇਰੇ ਮਹਿਮਾਨਾਂ ਬਾਰੇ ਬਕਵਾਸ ਕਰੀ ਜਾ ਰਿਹਾ ਅੱਜ ਤੋਂ ਤੇਰੀ ਜਸੂਸੀ ਦੀ ਡਿਊਟੀ ਬਿਲਕੁਲ ਖਤਮ ਹੈ ਨਵਾਂ ਕੰਮ ਸੁਣ ਅੱਜ ਤੋਂ ਤੂੰ ਯੂਨਿਟ ਦੇ ਸਾਰੇ ਬੰਦਿਆਂ ਦੇ ਕੱਛੇ ਧੋਏਗਾ ਕਮਾਲ ਦੀ ਗੱਲ ਹੈ ਆਪ ਹੀ ਤਾਂ ਕਹਿੰਦੇ ਸੀ ਆਸ਼ਕੀ ਨੋਟ ਅਲਾਉਡ ਹੈ ਤੇ ਆਪ ਹੀ ਆਸ਼ਕੀ ਕਰਾਈ ਜਾਂਦੇ ਹੋ ਤੇ ਮੈਂ ਤੋਂ ਕੱਛੇ ਧੋਈ ਜਾਂਦੇ ਹੋ ਮੈਂ ਤੁਹਾਡੇ ਤੇ ਹੈਰਾਨ ਹਾਂ ਕਪੜੇ ਤੋਂ ਉਸਤਾਦ ਜੀ ਹੋ ਗਿਆ ਕੱਛਾ ਫਰੀ ਕਿਉਂ ਤੂੰ ਕੱਛੇ ਦੀ ਜੈਕਟ ਸਵਾਣੀ ਹੈ ਉਸਤਾਦ ਜੀ ਤੁਸੀਂ ਆਪ ਹੀ ਤਾਂ ਡਿਊਟੀ ਲਾਈ ਸੀ ਕਿ ਸਾਰੀ ਜੁੰਡ ਦੇ ਕੱਛੇ ਧੋਣੇ ਨੇ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਮੈਂ ਕਦੋਂ ਡਿਊਟੀ ਲਾਈ ਤੇਰੀ ਮੈਂ ਤਾਂ ਰਾਤੀ ਯੂਨਿਟ 'ਚ ਗਿਆ ਹੀ ਨਹੀਂ ਹੈ ਇਹਦਾ ਮਤਲਬ ਹੈ ਮੈਂ ਸਾਰੀ ਜੁੰਡ ਦੇ ਉੱਦਾਂ ਹੀ ਕੱਛੇ ਧੋਤੇ ਉਸਤਾਦ ਜੀ ਤੁਹਾਡੀ ਇੱਜ਼ਤ ਮਿੱਟੀ 'ਚ ਮਿਲ ਗਈ ਤੁਸੀਂ ਲੁੱਟੇ ਗਏ ਤੁਸੀਂ ਕੱਖ ਤੇ ਨਹੀਂ ਰਹੇ ਮੈਨੂੰ ਗੁੱਸਾ ਤਿੰਨ ਗੱਲਾਂ ਬੋਲੀਆਂ ਤਿੰਨਾਂ 'ਚੋਂ ਕੋਈ ਵੀ ਚੱਜ ਦੀ ਗੱਲ ਨਹੀਂ ਬੋਲੀ ਓਏ ਚੱਜ ਦੀ ਤਾਂ ਕੋਈ ਰਹੀ ਨਹੀਂ ਆਪਣੀ ਹੰਸੀ ਦਾ ਇਸ਼ਕ ਚੱਲ ਰਿਹਾ ਗੰਜਰਾ ਤੜਕੇ ਹੀ ਪੀ ਕੇ ਆ ਗਏ ਤੁਹਾਡੇ ਸਿਰ ਦੀ ਕਸਮ ਲੱਗੇ ਉਸਤਾਦ ਜੀ ਮੈਂ ਨਹੀਂ ਪੀਤੀ ਹੰਸੀ ਦਾ ਬਿੱਟੂ ਦਾ ਇਲੂ 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 ਚੱਲ ਰਿਹਾ ਜੇ ਗੱਲ ਸਹੀ ਨਿਕਲੀ ਤਾਂ ਮੈਂ ਬਿੱਟੂ ਤੇ ਟੁਕੜੇ ਟੁਕੜੇ ਕਰ ਦਾਂਗਾ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜੇ ਬਿੱਟੂ ਨੂੰ ਕੁਝ ਹੋ ਗਿਆ ਨਾ ਹੰਸੀ ਨੇ ਆਪਣੀ ਜਾਨ ਦੇ ਦੇਣੀ ਆ ਇਹ ਤੈਨੂੰ ਕਿਹਨੇ ਕਿਹਾ ਮੈਨੂੰ ਕਿਸੇ ਨੇ ਨਹੀਂ ਕਿਹਾ ਹੰਸੀ ਕਹਿ ਰਹੀ ਸੀ ਇਹਦਾ ਮਤਲਬ ਹੈ ਬਿੱਟੂ ਤੇ ਹੰਸੀ ਨੂੰ ਅਲੱਗ ਕਰਨ ਦਾ ਕੋਈ ਤਰੀਕਾ ਨਹੀਂ ਰਿਹਾ ਨਹੀਂ ਹਾਂ ਇੱਕ ਤਰੀਕਾ ਹੈ ਹਿੰਦੀ ਫਿਲਮ ਵਾਲਾ ਉਹ ਕਿਹੜਾ ਛੱਬੋ
ਓਏ ਤੂੰ ਕਿਸਮਤ ਵਾਲਾ ਹੈ ਜਿਹਦਾ ਉਸਤਾਦ ਜੀ ਜਨਮ ਦਿਨ ਮਨਾ ਰਹੇ ਨੇ, ਇਹਨਾਂ ਨੇ ਤਾਂ ਕਦੇ ਆਪਦੇ ਪਿਓ ਦੀ ਵਰਸੀ ਨਹੀਂ ਮਨਾਈ ਹੈਗੀ। ਕੀ ਹਾਲ ਨੇ ਸਰਕਾਰ ਦੇ? ਸਰਕਾਰ ਦੇ ਹਾਲ ਤਾਂ ਮਾੜੇ ਹੀ ਚੱਲ ਰਹੇ ਹੈ। ਪਹਿਲਾਂ ਡੀਜ਼ਲ ਤੇ ਪੈਟਰੋਲ ਮਹਿੰਗਾ ਕਰ ਦਿੱਤਾ, ਹੁਣ ਸੁਣਿਆ ਰਸੋਈ ਦੀ ਗੈਸ ਵੀ ਮਹਿੰਗੀ ਕਰ ਰਹੇ ਹੈ। ਮੈਂ ਸਰਕਾਰ ਦਾ ਨੀ ਤੁਹਾਡਾ ਹਾਲ ਪੁੱਛਿਆ। ਮੇਰਾ ਹਾਲ? ਕਮਾਲ ਦੀ ਗੱਲ ਹੈ, ਉਹ ਮੇਰਾ ਹਾਲ ਪੁੱਛ ਰਹੀ ਹੈ, ਮੈਂ ਇਹਦੇ ਤੇ ਹੈਰਾਨ ਆ। ਤੇਰਾ ਨਹੀਂ ਮੇਰਾ ਪੁੱਛ ਰਹੀ ਹੈ, ਫਿਰ ਮੈਂ ਤੁਹਾਡੇ ਤੇ ਹੈਰਾਨ ਆ। ਵੈਸੇ ਐਕਸਕਿਊਜ਼ ਮੀ, ਇਹਨਾਂ ਦੀ ਇੰਟਰੋਡਕਸ਼ਨ ਨਹੀਂ ਕਰਵਾਈ, ਇਹ ਕੌਣ ਹੈ? ਇਹ ਆਪਣੇ ਸ਼ੱਬੋ ਜੀ ਹੈ, ਸਾਡੇ ਖਾਸ ਮਹਿਮਾਨ। ਤੇ ਸ਼ੱਬੋ ਜੀ, ਇਹ ਬਿੱਟੂ ਹੈ, ਸਾਡਾ ਬੇਟਾ। ਤੁਸੀਂ ਬਹੁਤ ਟਾਈਮ ਸਿਰ ਆਏ ਹੋ, ਅੱਜ ਅਸੀਂ ਇਹਦਾ ਹੀ ਬਰਥਡੇ ਮਨਾ ਰਹੇ ਹਾਂ। ਆਪਣੇ ਪਿਆਰੇ ਪਿਆਰੇ ਹੱਥਾਂ ਨਾਲ ਇੱਕ ਪੈਗ ਇਹਨੂੰ ਬਿੱਟੂ ਨੂੰ ਤਾਂ ਪਿਲਾ ਦਿਓ। ਬਿੱਲੂ ਜੀ ਨਹੀਂ, ਹੁਣ ਨਹੀਂ, ਹੁਣ ਬਸ ਬਹੁਤ ਹੋ ਗਿਆ। ਨਾ ਨਹੀਂ ਕਰੀ ਦੀ ਹੁੰਦੀ ਬਿੱਲੂ ਜੀ, ਸਾਡੇ ਖਾਸ ਮਹਿਮਾਨ ਹੈ, ਇਹਨਾਂ ਦੇ ਹੱਥੋਂ ਤਾਂ ਇੱਕ ਬਣਦਾ ਹੀ ਹੈ। ਠੀਕ ਹੈ, ਪਰ ਭਰਪੂਰ ਕੁਛ ਨਹੀਂ, ਮੈਂ ਕੋਈ ਗੱਲ ਨਹੀਂ ਸੁਣਨੀ ਤੇਰੀ। ਆ ਲੈ ਇੱਕ ਪੈਗ ਤਾਂ ਸ਼ਬਦ ਦੇ ਹੱਥੋਂ ਪੀ ਲਓ ਨਾ ਪਲੀਜ਼, ਨਹੀਂ ਤਾਂ ਸ਼ਬਦ ਦਾ ਦਿਲ ਟੁੱਟ ਜਾਏਗਾ। ਨਹੀਂ ਨਹੀਂ ਨਹੀਂ, ਤੁਹਾਡਾ ਦਿਲ ਨਹੀਂ ਆਪਾਂ ਟੁੱਟ ਰਿਹਾ ਬਿੱਟੂ, ਕੀ ਅਸੀਂ ਸਾਰੇ ਤੁਹਾਡੇ ਹੱਥੋਂ ਇੱਕ ਇੱਕ ਪੈਗ ਪੀਵਾਂਗੇ, ਕਿਉਂਕਿ ਤੁਹਾਡੇ ਹੱਥ ਦਾ ਨਸ਼ਾ ਹੀ ਟੁੱਟਣਾ ਹੋ ਜਾਣਾ। ਚੀਅਰਸ ਚੀਅਰਸ। ਐਕਸਕਿਊਜ਼ ਮੀ, ਜਸਟ ਕਮਿੰਗ। ਸ਼ੱਬੋ ਜੀ, ਸਾਂਭੋ ਆਪਣਾ ਸ਼ਿਕਾਰ। ਮੁੰਡਿਓ, ਲੈ ਜਾਓ ਇਹਨੂੰ ਸਾਂਭ ਕੇ, ਸਾਂਭ ਕੇ। ਉਸਤਾਦ ਜੀ ਗਏ, ਲਓ ਇਹਦੇ ਵਾਲਾ ਮਕੂਤਾ ਠੱਪਿਆ ਗਿਆ। ਹੁਣ ਨਹੀਂ ਹੈਰਾਨ ਹੋਇਆ ਤੂੰ? ਬੜੇ ਖੁਸ਼ ਲੱਗ ਰਹੇ ਹੋ ਬੇਟਾ, ਗੱਲ ਹੀ ਖੁਸ਼ੀ ਦੀ ਹੈ। ਅੱਜ ਨਾ ਬਿੱਟੂ ਦਾ ਬਰਥਡੇ, ਅਸੀਂ ਉਹੀ ਤਾਂ ਸੈਲੀਬ੍ਰੇਟ ਕਰ ਰਹੇ ਸੀਗੇ। ਬਿੱਟੂ ਦਾ ਬਰਥਡੇ? ਹਾਂ, ਹੈ ਕਿੱਥੇ ਬਿੱਟੂ? ਬਿੱਟੂ ਉਹਦੇ ਨਾ ਕੁਛ ਦੋਸਤ ਆਏ ਸੀਗੇ ਸ਼ਹਿਰੋਂ, ਉਹ ਉਹਨਾਂ ਨਾਲ ਆਪਣੇ ਰੂਮ ਦੇ ਵਿੱਚ ਇੰਜੋਏ ਕਰ ਰਿਹਾ ਹੈ। ਅੱਛਾ ਡੈਡੀ, ਮੈਂ ਜਾ ਰਹੀ ਹਾਂ ਸੋਣ, ਠੀਕ ਹੈ? ਗੁੱਡ ਨਾਈਟ। ਗੁੱਡ ਨਾਈਟ ਬੇਟਾ, ਗੁੱਡ ਨਾਈਟ। ਹੈਪੀ ਬਰਥਡੇ। ਹੰਸੀ
ਹੰਸੀ ਕੀ ਹੋਇਆ ਹੰਸੀ? ਪਿੱਟੂ ਮੇਰਾ ਰਾਹ ਛੱਡ। ਇੰਨੇ ਗੁੱਸੇ 'ਚ ਕਿਉਂ ਆ? ਪਿੱਟੂ ਜੇ ਹੋ ਸਕੇ ਤਾਂ ਅੱਜ ਤੋਂ ਬਾਅਦ ਮੇਰੇ ਸਾਹਮਣੇ ਨਾ ਆਵੀਂ। ਸਾਹਮਣੇ ਨਾ ਆਵੀਂ ਦਾ ਕੀ ਮਤਲਬ? ਪਿੱਟੂ ਮੇਰਾ ਹੱਥ ਛੱਡ। ਇਹ ਵੱਡੇ ਘਰਾਂ ਦੀਆਂ ਕੁੜੀਆਂ ਬੜੀਆਂ ਖਤਰਨਾਕ ਹੁੰਦੀਆਂ ਨੇ ਬਿੱਟੂ ਸੇਠ। ਤੂੰ ਆਪਣੇ ਕੰਮ ਤੱਕ ਮਤਲਬ ਰੱਖ। ਓਏ ਮੈਂ ਤਾਂ ਆਪਣੇ ਕੰਮ ਤੱਕ ਹੀ ਮਤਲਬ ਰੱਖਦਾ, ਪਰ ਤੇਰਾ ਕੰਮ ਨਹੀਂ ਬਣਨਾ। ਓਏ ਤੂੰ ਉਹਦੇ ਪਿਓ ਦਾ ਕਰਚਾਈ ਹੋ ਕੇ ਯਾਰ ਜਮਾਈ ਕਿੱਦਾਂ ਬਣ ਸਕਦਾ? ਮਤਲਬ ਮਤਲਬ ਲੈ, ਗਰੀਬ ਬੰਦੇ ਦੀ ਵੀ ਕੋਈ ਜੂਨ ਹੁੰਦੀ ਹੈ। ਅਸੀਂ ਆਪਣਾ ਫਿਊਚਰ ਨਹੀਂ ਖਰਾਬ ਕਰ ਸਕਦੀ ਤੇਰੇ ਨਾਲ ਵਿਆਹ ਕਰਵਾ ਕੇ। ਉਹ ਵਿਆਹ ਕਰਾ ਰਹੀ ਹੈ ਕਾਰਖਾਨਿਆਂ ਦੇ ਮਾਲਕ ਨਾਲ। ਤੂੰ ਝੂਠ ਬੋਲ ਰਿਹਾ। ਓਏ ਮੈਂ ਕੀ ਝੂਠ ਬੋਲਣਾ, ਸੱਚ ਤੇਰੇ ਇੱਕ ਦੋ ਦਿਨਾਂ 'ਚ ਆਪ ਹੀ ਸਾਹਮਣੇ ਆਜੂ। ਯਾਰ ਇਹਨਾਂ ਆਸ਼ਕਾਂ ਨੂੰ ਯਕੀਨ ਦਿਵਾਉਣਾ ਕਿੰਨਾ ਮੁਸ਼ਕਿਲ ਹੈ, ਮੈਂ ਇਹਨਾਂ ਤੇ ਹੈਰਾਨ ਹਾਂ। ਬੱਕਰਾ ਨਾਮ ਹੈ ਮੇਰਾ। ਕੀ ਗੱਲ, ਬਿੱਲੂ ਦਾ ਡਰ ਖਤਮ ਹੋ ਗਿਆ? ਮੈਂ ਤੇਰੇ ਦੰਦ ਤੋੜ ਦੇਣੇ, ਫਿਰ ਨਾ ਕਹੀਂ ਦੱਸਿਆ ਨਹੀਂ। ਮੈਂ ਤੇਰੇ ਗੋਲੀ ਮਾਰ ਦੇਣੀ ਹੈ, ਉਹ ਵੀ ਦੱਸ ਕੇ। ਹਾਂ ਤੇ ਤੂੰ ਹੈ ਜਿਹੜਾ ਮੇਰੀਆਂ ਆਵਾਜ਼ਾਂ ਕੱਢ ਕੱਢ ਕੇ ਜੁਗਨੂ ਤੋਂ ਕੱਛੇ ਤੋਂ ਆਉਂਦਾ ਰਿਹਾ। ਪਤਾ ਨੀ ਕਿਹਦੇ ਕਿਹਦੇ ਕੱਛੇ ਤੋਂ ਆਇਆ, ਜਿਹੜਾ ਬੇਚਾਰਾ ਹਲੇ ਤੱਕ ਸਦਮੇ ਚ ਹੈ। ਗੋਲੀ ਤਾਂ ਤੇਰੇ ਬੱਜੇਗੀ। ਪਰ ਮੈਂ ਆਪਣੀ ਬੰਦੂਕ ਘਰੇ ਭੁੱਲਾ ਆ, ਚਲੋ ਗੋਲੀ ਕੈਂਸਲ। ਵੈਸੇ ਵੀ ਅੱਜ ਖੁਸ਼ੀ ਦਾ ਮੌਕਾ ਹੈ, ਅੱਜ ਮੇਰੀ ਬੇਟੀ ਦੀ ਇੰਗੇਜਮੈਂਟ ਹੈ। ਕੀ ਮਜ਼ਾਕ ਹੈ ਡੈਡੀ, ਤੁਸੀਂ ਮੇਰੇ ਤੋਂ ਪੁੱਛੇ ਬਿਨਾ ਮੇਰਾ ਰਿਸ਼ਤਾ ਕਿਵੇਂ ਕਰਤਾ? ਬੇਟਾ ਤੈਨੂੰ ਜੰਮਣ ਲੱਗਿਆ ਮੈਂ ਪੁੱਛਿਆ ਸੀ, ਜਿਹੜਾ ਵਿਆਹਣ ਵੇਲੇ ਮੈਂ ਤੈਨੂੰ ਪੁੱਛਾਂਗਾ ਨਾ। ਤੂੰ ਕੀ ਸੋਚਦੀ ਹੈ ਕਿ ਮੈਨੂੰ ਪਤਾ ਹੀ ਨਹੀਂ ਕਿ ਉਸ ਲੁੱਚੇ ਪਿੱਟੂ ਨੇ ਤੈਨੂੰ ਧੋਖਾ ਦਿੱਤਾ? ਪਿਓ ਹੈ ਤੇਰਾ, ਤੇਰੇ ਹਰ ਸੁੱਖ ਦੁੱਖ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਮੈਂ। ਡੈਡੀ ਕਿਵੇਂ? ਯਕੀਨ ਕਰ ਬੇਟਾ, ਤੂੰ ਉਹਨੂੰ ਅੱਜ ਜਾਣਦੀ ਹੈ, ਮੈਂ ਉਹਨੂੰ ਚਿਰਾਂ ਤੋਂ ਜਾਣਦਾ। ਤੈਨੂੰ ਉਹ ਤੋਂ ਧੋਖੇ ਤੋਂ ਇਲਾਵਾ ਹੋਰ ਕੁਛ ਨਹੀਂ ਸੀ ਮਿਲਣਾ, ਕੁਛ ਨਹੀਂ ਸੀ ਮਿਲਣਾ ਬੇਟਾ। ਪਰ ਡੈਡੀ ਮੈਂ ਬਸ ਬਸ ਤੇਰੇ ਬਿਨਾ ਨਹੀਂ ਜੀਣਾ, ਮੈਂ ਨਹੀਂ ਜੀਣਾ ਤੇਰੇ ਬਿਨਾ। ਤੂੰ ਮੈਨੂੰ ਕਿੰਨਾ ਪਿਆਰ ਕਰਦਾ ਮਹਿਸੂਸ ਕਰਕੇ ਦੇਖ। ਤੈਨੂੰ ਹਨੇਰੇ ਤੋਂ ਡਰ ਨਹੀਂ ਲੱਗਦਾ? ਨਹੀਂ, ਜਦ ਤੂੰ ਮੇਰੇ ਨਾਲ ਆ ਫਿਰ ਕਿਸ ਗੱਲ ਦਾ ਡਰ? ਮੇਰਾ ਤੇਰੇ ਤੋਂ ਦੂਰ ਜਾਣ ਦਾ ਵੀ ਨਹੀਂ। ਦੂਰ ਹੋਣ ਹੀ ਨਹੀਂ ਦਊਂਗਾ, ਕੋਈ ਦੇਖ ਲੇਗਾ। ਦੇਖਣ ਦੇ, ਡੈਡੀ ਵੇਖ ਲੈਣਗੇ। ਜਿਸ ਦਿਨ ਟਾਈਮ ਆਊਗਾ ਨਾ, ਉਸ ਦਿਨ ਤੇਰੇ ਡੈਡੀ ਦੇ ਸਾਹਮਣੇ ਤੇਰਾ ਹੱਥ ਫੜ ਕੇ ਲੈ ਜੂੰਗਾ।
ਅੱਖੀਆਂ ਚੋਂ ਹੰਝੂ ਹੁਣ ਰੁਕਿਆ ਨਹੀਂ ਰੁਕਣੇ, ਦਿਲ ਦੇ ਜ਼ਖਮ ਨਹੀਂ ਉਹ ਇੰਨੀ ਛੇਤੀ ਸੁੱਕਣੇ, ਅੱਖੀਆਂ ਚੋਂ ਹੰਝੂ ਹੁਣ ਰੁਕਿਆ देख तेरे करके कई जिंदगियां बर्बाद हो रही ने, सब सच जाके दस दे ते तेनू मैं वादा कर दी हां कुछ नहीं होने देवांगी। नहीं पर तेरा की पता कदों मेरा कांड करके गायब हो जाए। कहा ना कुछ नहीं होएगा। ठीक है पुत भैन जी, मेरी तौबा, मेरे प्यो की तौबा, मैं तड़के हसी नू सच सच दस दूंगा। आ ले फड़ बैग। लिया भाई। हां आगे करके रख। आ फड़ बैग। अपना ही दुआ भी यार। आ चल ठीक है ठीक है। रख के सामने। आ दुआ भी फड़ा दे। ठीक है। और आ लिया फड़ा छेती कर यार। हसी
बिट्टू, जे तू मेरी जिंदगी च नहीं रहा ते तेरे बिना मैं भी नहीं जीना। हंसी? नहीं जीना तेरे बिना। हंसी 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 गल सुन। जुगनू, इन्हें अपने कहते नहीं रुकना, इन्हें बिट्टू रोक सकता। चल फिर, चल जल्दी, चल 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 जल्दी कर, जल्दी जल्दी कर यार। स्टीरियो बंद करना है ते गड्डी बंद करनी पेगी पाजी। पाजी एक गल हो रहा है, अगर असी गड्डी नू ज्यादा दौड़ावांगे ते आवाज ओनी बजेगी पाजी। ओ बिट्टू, ओ की कर रहा, रुक जा यार। बिल्लू पाजी दी गड्डी, लगता कोई पंगा पौन गए। पाजी गड्डी भजाओ। दस्या तो है वीरे टेप खराब है, गड्डी भजावांगा, आवाज उच्ची हो जाएगी। तुसी गड्डी भजाओ। ਜਰ ਕਮਾਲ ਦੀ ਗੱਲ ਹੈ, ਆਪਾਂ ਉਹਦੇ ਪਿੱਛੇ ਭੱਜ ਜਾਂਦੇ ਆ, ਉਹ ਆਪਣੇ ਅੱਗੇ ਭੱਜ ਜਾਂਦਾ, ਮੈਂ ਉਹਦੇ ਤੇ ਹੈਰਾਨ ਆ। ਬਿੱਟੂ ਰੁਕ ਜਾ ਪੰਦਰਾ। ਉਹ ਬਿੱਟੂ ਰੁਕ ਜਾ ਯਾਰ, ਰੁਕ ਜਾ ਯਾਰ। ਉਹ ਮਸੀਬਤ ਦੀ ਕਾਉਂਚੀ ਵਾਲ ਗੱਡੀ ਭਜਾਓ ਤੁਸੀਂ। ਬਿੱਲੂ ਉਸਤਾਦ, ਬਿੱਲੂ ਉਸਤਾਦ, ਬਿੱਲੂ ਉਸਤਾਦ, ਜੁਗਨੂੰ ਤੁਹਾਡੀ ਗੱਡੀ ਲੈ ਕੇ ਭੱਜ ਗਿਆ। ਗੱਡੀ ਲੈ ਗਿਆ ਤਾਂ ਫਿਰ ਭੱਜਣ ਦੀ ਕੀ ਲੋੜ ਸੀ, ਮੈਨੂੰ ਤਾਂ ਟੈਨਸ਼ਨ ਹੋਣ ਲੱਗ ਪਈ ਹੈ। ਬਿੱਲੂ ਉਸਤਾਦ, ਟੈਨਸ਼ਨ ਦੀ ਗੱਲ ਤਾਂ ਇਹ ਆ, ਹੰਸੀ ਛੱਤ ਤੇ ਚੜ ਗਈ। ਉਹ ਤਾਂ ਰੋਜ਼ ਚੜਦੀ ਹੈ ਵਿਚਾਰੀ, ਉਹ ਛਾਲ ਮਾਰਨ ਲੱਗੀ ਉਸਤਾਦ। ਨਾ ਨਾ ਨਾ, ਛੱਤ ਤੋਂ ਤਾਂ ਮੈਂ ਨਹੀਂ ਛਾਲ ਮਾਰ ਸਕਦਾ, ਉਹ ਵਿਚਾਰੀ ਕਿਵੇਂ ਮਾਰ ਸਕਦੀ ਹੈ। ਉਸਤਾਦ ਉਹ ਮਰਨ ਲੱਗੀ ਹੈ। ਹਾਂ, ਪਹਿਲਾਂ ਕਿਉਂ ਨਹੀਂ ਦੱਸਿਆ? ਚਲੋ ਓਏ ਚਲੋ। ਓਏ ਕਿੱਥੇ ਭੱਜੇਗਾ ਪਲੰਦਰਾ, ਜੁਗਨੂੰ ਦੀ ਡਰਾਈਵਰੀ ਅੱਗੇ ਤਾਂ ਵੱਡੇ ਵੱਡੇ ਦੀ ਡਰਾਈਵਰੀ ਫੇਲ ਹੈ, ਅਜੇ ਤਾਂ ਪਾਇਆ ਨਹੀਂ ਜੁਗਨੂੰ ਨੇ। ਇਹ ਉੱਡਣਾ ਖੇਰ ਹੁਣ ਦੇਖੀ ਜਾਊਗੀ ਹਵਾ 'ਚ। ਸ਼ੁਕਰੀ ਸ਼ਾਬਾ ਸ਼ਾਬਾ ਸ਼ਾਬਾ, ਜਾ ਕੇ ਬਚਾ ਕੇ ਬਚਾ ਕੇ। ਉਹ ਮੋੜ ਸਾੜਿਆ, ਉਹ ਮਰਵਾ ਤਾ, ਉਹ ਤੂੰ ਮਰਵਾ ਦੇਣਾ ਸਾਰਾ, ਤੈਨੂੰ ਵੱਡੀ ਗੱਡੀ ਨਹੀਂ ਦਿਖਦੀ। ਕਿਹੜੀ ਗੱਡੀ? ਹੈਂ? ਉਹ ਠੰਡੇ ਠੰਡੇ ਪਾਣੀ 'ਚ ਨਹਾਉਣਾ ਚਾਹੀਏ। ਉਹ ਤੈਨੂੰ ਦਿਖ ਨਹੀਂ ਰਿਹਾ? ਉਹ ਸਭ ਕੁਝ ਕਹਿੰਦਾ ਯਾਰ, ਤੂੰ ਬੈਠਾ ਰਹਿ ਆਰਾਮ ਨਾਲ ਯਾਰ। ਆ ਕਿੰਨੇ ਆ? ਪੰਜ। ਸ਼ੁਕਰ ਹੈ ਭਾਈ, ਹੁਣ ਆਰਾਮ ਨਾਲ ਚਲਾਓ। ਲਓ ਮਹਾਰਾਜ। ਕਿੱਥੋਂ ਆ ਗਿਆ ਅੱਗੋਂ ਭਾਈ? ਗੱਡੀ ਭਜਾਓ ਵੀਰੇ, ਤੇਲ ਹੈ ਨੀ, ਬੱਸ ਅੱਡੇ ਤੱਕ ਕਹਿ ਕੇ ਸ਼ਹਿਰ ਘੁਮਾਈ ਜਾਣਾ, ਗੱਡੀ ਬੰਦ ਹੋ ਜਾਏਗੀ। ਹੰਸੀ ਹੰਸੀ, ਇਹ ਕੀ ਕਰ ਰਹੀ ਹੈ? ਰੁਕ ਜਾਓ, ਨਹੀਂ ਤਾਂ ਮੈਂ ਇੱਥੋਂ ਹੀ ਕੁੱਝ ਜਾਣਾ। ਨਹੀਂ ਨਹੀਂ ਬੇਟਾ, ਮੇਰੇ ਬਾਰੇ ਤਾਂ ਕੁਝ ਸੋਚ। ਤੁਸੀਂ ਹਮੇਸ਼ਾ ਹਮੇਸ਼ਾ ਆਪਣੇ ਬਾਰੇ ਸੋਚਿਆ, ਕਦੇ ਮੇਰੇ ਬਾਰੇ ਸੋਚਿਆ? ਨਹੀਂ, ਅੱਜ ਮੈਂ ਆਪਣੀ ਮਰਜ਼ੀ ਕਰਨੀ ਹੈ, ਮੈਂ ਇੱਥੋਂ ਕੁੱਦ ਕੇ ਇਹ ਪਿਓਤੀ ਵਾਲਾ ਰਿਸ਼ਤਾ ਹੀ ਖਤਮ ਕਰ ਦੇਣਾ। ਕਿੱਥੇ ਭੱਜੀ ਜਾਂਦਾ ਯਾਰ? ਹੰਸੀ ਮਾਰ ਰਹੀ ਆ ਕੀ? ਤੇਰੇ ਪਿੱਛੇ ਸੁਸਾਈਡ ਕਰ ਰਹੀ, ਬਚਾ ਨੂੰ ਜਾ ਕੇ। ਬੇਟਾ ਬੇਵਕੂਫ ਨਾ ਬਣ, ਦੇਖ ਮੈਂ ਤੈਨੂੰ ਸਮਝਾ ਰਿਹਾ, ਚੁੱਪ ਚਾਪ ਥੱਲੇ ਚੱਲ, ਦੇਖ ਤੂੰ ਮੇਰਾ ਗੁੱਸਾ ਜਾਣਦੀ ਹੈ। ਮੈਂ ਪੰਜ ਤੱਕ ਗਿਣਾਂਗਾ ਤੇ ਤੂੰ ਜਾਣਦੀ ਹੈ ਉਹ ਤੋਂ ਬਾਅਦ ਕੀ ਹੋਏਗਾ। ਤੁਸੀਂ ਕੀ ਗਿਣੋਗੇ ਡੈਡੀ? ਮੈਂ ਗਿਣਤੀ ਗਿਣਦੀ ਹਾਂ। ਇੱਕ।
तेरे अगे हाथ जोड़ता बेटा चार नहीं बेटा नहीं रुक जा हंसी सिद्धू मेरे लिए अपने प्यो लिए कौन खुश रहूगा तेरी मौत तो बाद मेरे वाल वेख पागलपन छड़ दे अंसी पागलपन छड़ दे तू मेरे प्यार ने अपने प्यो नू छड़न लगी सी जेनू प्यार करने ता प्यार दुनिया ता होड़े नहीं चाहिदा प्यार है ही बड़ी कुत्ती चीज पता नहीं कड़े पैर दई उनसी मैं तेरे को आया सी तेनू प्यार देन ले तेरी जान लैन ले नहीं आया सी जे मेरे करके सब कुछ हो रहा ते मैं जानना है तो मैं नहीं करना प्यार मैं प्यार कर रही थी माफ कर दो बिल्लू उस्ताद तुसी ठीक कह रहे थे आशिकी नॉट अलाउड माफ कर दो बिल्लू उस्ताद गल सुन कित्थे चलिया तू हैं कहा जा बंदा है तू एनु एनु रोंदी छट जाएगा चल उत्थे चल नाले कन खोल के मेरी गल सुन ले जिस दिन मेरी फिल्म रिलीज होएगी ना उस दिन मैं अपनी टीवी रिलीज कर दंगा तेरे नाल वाह 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 इहदा मतलब बिल्लू उस्ताद दे राज आशिकी लाउड ब्याह फिर ऐसे खुशी दे दे भरा नु पप्पी हाय हाय बिल्लू उस्ताद दे राज आशिकी अलाउड ओए आज ता मैं बहुत हैरान हां फिर बुलाओ शप्पो नु I'm on the bass, man.